ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ, ਕੀ ਹਾਲ ਚਾਲ। ਉਮੀਦ ਕਰਦਾ ਸਾਰੇ ਮੇਰੇ ਭਰਾ ਘੈਂਟ ਹੋਣਗੇ। ਸਵਾਗਤ ਹੈ ਮਿੱਤਰੋ ਤੁਹਾਡਾ ਇੱਕ ਹੋਰ ਨਵੇਂ FS22 ਦੇ ਐਪੀਸੋਡ ਦੇ ਵਿੱਚ। ਵੀਡੀਓ ਮਾੜੀ ਵੀ ਸਕਿੱਪ ਨਾ ਕਰ ਦਿਓ, ਨਹੀਂ ਤੁਹਾਨੂੰ ਸਵਾਲ ਜਮ੍ਹਾਂ ਵੀ ਨਹੀਂ ਆਉਣਾ। ਸਾਰੀ ਵੀਡੀਓ ਦੇਖਿਓ, ਮਾੜੀ ਵੀ ਸਕਿੱਪ ਨਾ ਕਰਿਓ। ਅਤੇ ਜੇ ਆਪਣੇ ਚੈਨਲ 'ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ, ਨਾਲ ਬੈਲ ਵਾਲਾ ਆਈਕਨ ਵੀ ਦੱਬ ਲਿਓ, ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਹਰੇਕ ਆਪਣੀ ਨਵੀਂ ਵੀਡੀਓ ਦੀ। ਅਤੇ ਮਿੱਤਰੋ ਕਰੀਏ ਫਿਰ ਵੀਡੀਓ ਸਟਾਰਟ। ਅਤੇ ਹਾਂ ਵੀ ਮੁੰਡੇ, ਆਪਾਂ ਗੇਮ ਦੇ ਵਿੱਚ ਕਰ ਗਏ ਹਾਂ ਐਂਟਰ, ਅਤੇ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਅੱਜ ਹੋਣ ਵਾਲਾ ਮੁਕਾਬਲਾ ਦੁਬਾਰੇ ਫੇਰ ਤੋਂ ਇੰਡੀਅਨ ਟਰੈਕਟਰ ਦੇ ਵਿੱਚ ਅਤੇ ਆਪਣੇ ਫੋਰਨ ਵਾਲੇ ਟਰੈਕਟਰਾਂ ਦੇ ਵਿੱਚ। ਇੰਡੀਅਨ ਟਰੈਕਟਰ ਦੇ ਵਿੱਚ ਆਪਣੇ ਕੋਲ ਹੈਗੇ ਨੇ ਨੂਰ ਉੱਪਰ ਵਾਲਾ ਜੌਂਡੀਅਰ, ਅਤੇ ਨਿਸ਼ੂ ਭਾਈ ਵਾਲਾ 855 ਜਿਹੜਾ ਆਪਣੇ ਕੋਲ ਐਕਸਰ ਹੁੰਦਾ ਹੈ, ਅਤੇ ਆਹ ਸੀ ਆਪਣਾ ਮੁੰਡੇ ਨਿਊਹੋਲੈਂਡ 3630, ਇਹ ਵੀ ਆਪਣੇ ਕੋਲ ਹੁੰਦਾ ਹੈ। ਅਤੇ ਆਹ ਸੀ ਮੁੰਡੇ ਝੋਟਾ ਆਪਣਾ ਟੋਚਨ ਕਿੰਗ ਨਿਸ਼ੂ ਭਾਈ ਵਾਲਾ, ਅਤੇ ਇਹ ਨੇ ਬਾਈ ਚਾਰ ਆਪਣੇ ਕੋਲ ਇੰਡੀਅਨ ਟਰੈਕਟਰ, ਅਤੇ ਆਹ ਟਰਾਲੀ ਹੈ ਮੱਡ ਦੀ ਭਰੀ ਹੋਈ, ਕਿਵੇਂ ਤੁਹਾਨੂੰ ਦਿਖਾਉਣਾ ਉੱਪਰ ਚੜ੍ਹ ਕੇ ਮੈਂ। ਦੇਖੋ ਮੁੰਡਿਓ, ਇਹ ਟਰਾਲੀ ਮੱਡ ਦੀ ਹੈ ਫੁੱਲ ਭਰੀ ਹੋਈ, ਇਹਨੂੰ ਆਪਣੇ ਲੈ ਕੇ ਜਾਣਾਗਾ ਆਹ ਚੜ੍ਹਾਈ ਚਾੜ ਕੇ ਚੜ੍ਹਦੇ 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 ਪਰਲੇ ਪਾਸੇ ਜਾ ਕੇ ਆਪਣੇ ਉਹ ਸਾਹਮਣੇ ਵਾਲੇ ਮੰਦਰ ਤੱਕ, ਕਿਉਂਕਿ ਮੰਦਰ ਦੇ ਮੰਨ ਲਓ ਛੱਤ ਪੈਣ ਲੱਗ ਰਹੀ ਆ, ਅਤੇ ਨੀਚੇ ਗਾਰਾ ਗੂਰਾ ਚਾਹੀਦਾ, ਪਤਾ ਨਹੀਂ ਕਿਹੜੇ ਕਿਹੜਾ ਸਿਸਟਮ ਹੈ, ਕੀ ਕਰਨਾ ਉਹਨਾਂ ਨੇ। ਉਹਨਾਂ ਨੇ ਕਿਹਾ ਵੀ ਗਾਰਾ ਚਾਹੀਦਾ ਹੈਗਾ, ਅਤੇ ਆਪਾਂ ਨੇ ਸੋਚਿਆ ਵੀ ਸਾਲ ਇੱਕ ਵੀਡੀਓ ਬਣਾ ਲੈਂਦੇ, ਕਿਉਂਕਿ ਉਹਨੂੰ ਗਾਰਾ ਜਿਹੜਾ ਸ਼ਾਮ ਨੂੰ 4-5 ਵਜੇ ਚਾਹੀਦਾ। ਮਹਾਂ ਚੱਲ ਲੈਂਦੇ ਆਪਾਂ ਇੱਕ ਮੁਕਾਬਲਾ ਕਰ ਲੈਂਦੇ ਹਾਂ ਫੋਰਨ ਟਰੈਕਟਰਾਂ ਦੇ ਵਿੱਚ ਅਤੇ ਆਪਣੇ ਇੰਡੀਅਨ ਟਰੈਕਟਰ ਦੇ ਵਿੱਚ। ਅਤੇ ਇੰਡੀਅਨ ਟਰੈਕਟਰ ਤੁਹਾਨੂੰ ਮੈਂ ਦਿਖਾ, ਅਤੇ ਹੁਣ ਦਿਖਾਉਣਾ ਮੈਂ ਤੁਹਾਨੂੰ ਫੋਰਨ ਵਾਲੇ। ਅਤੇ ਆਹ ਟਰਾਲੀ ਹੈ ਮੈਨੂੰ ਆਪਣੀ, ਇਹ ਆਪਣੀ ਨਿਸ਼ੂ ਬਾਈ ਵਾਲੀ ਟਰਾਲੀ ਆ, ਠੀਕ ਹੈ। ਇਹਦੇ ਪਿੱਛੇ ਨਿਸ਼ੂ ਬਾਈ ਦੀ ਫੋਟੋ ਵੀ ਲੱਗੀ, ਤੁਹਾਨੂੰ ਮੈਂ ਦਿਖਾ ਦਿੰਦਾ, ਆਹ ਸੀ ਮੁੰਡੇ ਦੇਖੋ। ਅਤੇ ਬਾਈ ਫੋਰਨ ਵਾਲੇ ਟਰੈਕਟਰ ਆਹ ਦੇਖੋ, ਮੈਨੂੰ ਨਾਮ ਨਹੀਂ ਪਤਾ, ਬਸ ਅਸੀਂ ਦੇਖੀ ਚੱਲੋ, ਇੱਕ ਤਾਂ ਆਹ ਖੜਾ ਹੈਗਾ ਆਪਣਾ ਟਰੈਕਟਰ, ਅਤੇ ਆਹ ਬਾਈ ਮੈਨੂੰ ਸਭ ਤੋਂ ਸੋਹਣਾ ਲੱਗਦਾ, ਚਿੱਟਾ ਜਿਹਾ ਘੈਂਟ ਲੱਗਦਾ ਵੈਸੇ ਟਰੈਕਟਰ ਇਹ। ਅਤੇ ਬਾਕੀ ਬਾਈ ਪਹਿਲਾਂ ਕਿਸੇ ਬੰਦਾ ਕਮੈਂਟ ਆਇਆ ਸੀ, ਕਹਿੰਦਾ ਬਾਈ ਤੁਸੀਂ ਫੋਰਨ ਵਾਲੇ ਟਰੈਕਟਰ ਨੇ ਜਿਹੜੇ ਉਹ ਮਾੜੇ ਰੱਖ ਲਏ, ਅਤੇ ਇੰਡੀਆ ਵਾਲੇ ਤਗੜੇ ਰੱਖ ਲਏ। ਅਤੇ ਹੁਣ ਆਪਣੇ ਫੋਰਨ ਵਾਲੇ ਵੀ ਪੂਰੇ ਟੌਪ ਦੇ ਰੱਖੇ ਨੇ, ਇੰਡੀਆ ਵਾਲੇ ਤਾਂ ਆਪਣੇ ਟੌਪ ਦੇ ਹੈਗੇ ਨਹੀਂ ਮੁੰਡਿਓ। ਅਤੇ ਬਾਕੀ ਆਹ ਬੰਦਾ ਵੀ ਆਪਣੇ ਟਰੈਕਟਰ ਦੇਖਣ ਲੱਗ ਰਿਹਾ, ਦੇਖੋ ਬੰਦਾ ਨਹੀਂ ਗਾ, ਬੁੜੀ ਹੈ ਸ਼ਾਇਦ ਇਹ। ਆਂਟੀ ਜੀ ਕਿਆ ਬਾਤ ਹੋ ਗਈ, ਛੱਡੋ ਬਈ ਤਾਂ ਗੁੱਸਾ ਕਰਦੀ ਆ। ਅਤੇ ਆਹ ਸੀ ਮੁੰਡੇ ਆਪਣੇ ਟਰੈਕਟਰ, ਆਹ 4-4 ਟਾਇਰ ਵਾਲੇ ਨੇ, ਅਤੇ ਆਹ ਸੀਗੇ ਮੁੰਡੇ ਆਪਣੇ 8-8 ਟਾਇਰ ਵਾਲੇ ਟਰੈਕਟਰ, 2-4-6-8, ਹਾਂ ਬਈ 8-8 ਟਾਇਰ ਨੇ ਟਰੈਕਟਰਾਂ ਦੇ। ਅਤੇ ਦੇਖਦੇ ਆਪਾਂ ਕਿਹੜਾ ਟਰੈਕਟਰ ਉੱਪਰ ਚੜੂਗਾ, ਤੁਹਾਨੂੰ ਚੜ੍ਹਾਈ ਦਿਖਾ ਕੇ ਲਿਆਉਣਾ ਪਹਿਲਾਂ ਜਾ ਕੇ ਫੁੱਲ ਆਪਣੀ ਵੀ ਕਿੰਨੀ ਕਾ ਹੈ ਨਾ। ਅਤੇ ਆਹ ਦੇਖੋ ਬਈ ਚੜ੍ਹਾਈ ਫੁੱਲ ਲੈ ਬਣੀ, ਐਂ ਮੰਨ ਲਓ ਵੀ ਉਹ ਮੰਦਰ ਤੱਕ ਚੜ੍ਹਾਈ ਚੜ੍ਹਦੀ ਜਾਣੀ ਆ। ਇਹ ਐਂ ਮੰਨ ਲਓ ਮਨਾਲੀ ਦਾ ਇਹ ਮੰਦਰ ਬਣਾਇਆ ਹੋਇਆ ਇਹਨਾਂ ਦਾ, ਇਹ ਬੰਦਿਆਂ ਦਾ ਮਨਾਲੀ 'ਚ, ਆਹ ਜਿਹੜੇ ਸਾਰੇ ਸ਼ਹਿਰ ਵਾਲੇ ਨੇ ਇਹਨਾਂ ਦਾ ਮੰਦਰ ਉੱਪਰ ਹੈਗਾ, ਅਤੇ ਉੱਤੀ ਇਹ ਮੱਥਾ ਮੱਥਾ ਟੇਕਣ ਜਾਂਦੇ ਨੇ, ਤਾਂ ਕਰਕੇ ਹੁਣ ਉਹ ਮੰਦਰ ਦੀ ਨਾ ਵੀ ਉਹ ਚੱਲ ਰਿਹਾ, ਕੰਮ ਚੱਲ ਰਿਹਾ, ਉੱਥੇ ਛੱਤ ਵਗੈਰਾ ਪਾਉਣੀ ਇਹਨਾਂ ਨੇ। ਅਤੇ ਮੈਂ ਕਿਹਾ ਮੁਕਾਬਲਾ ਮੁੰਡੇ ਆਪਾਂ ਕਰੀਏ ਫਿਰ ਸਟਾਰਟ। ਅਤੇ ਮਿੱਤਰੋ ਜਿਹੜੇ ਬੰਦੇ ਆਪਣੇ ਚੈਨਲ 'ਤੇ ਨਵੇਂ ਨੇ ਇੱਕ ਵਾਰ ਸਬਸਕ੍ਰਾਈਬ ਕਰ ਲਓ, ਐਵੇਂ ਦਾ ਕੰਟੈਂਟ ਤੁਹਾਨੂੰ ਡੇਲੀ ਦੇਖਣ ਨੂੰ ਮਿਲਦਾ ਆਪਣੇ ਚੈਨਲ 'ਤੇ। ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਭਰਾ, ਅਤੇ ਬੈੱਲ ਆਈਕਨ ਵੀ ਦੱਬ ਲਿਓ। ਅਤੇ ਬਾਈ ਪਹਿਲਾਂ ਮੈਂ ਐਵੇਂ ਸੋਚਦਾ ਵੀ ਆਪਾਂ ਚੱਕਦੇ ਹਾਂ ਆਪਣੇ ਵਾਲਾ ਜੌਂਡੀਅਰ, ਠੀਕ ਆ, ਇਹਦੇ ਨਾਲ ਆਪਾਂ ਟਰਾਈ ਮਾਰਿਆ, ਅਤੇ ਬੰਦਾ ਵੀ ਆਪਣੇ ਮੁੰਡੇ ਚੇਂਜ ਕਰਤਾ, ਲੁੱਕ ਦੇਖੋ ਇਹਦੀ, ਹੁਣ ਬੈਠਾ ਨਾ ਅਰਜਨ ਢਿੱਲੋਂ ਵਾਂਗੂ। ਐਨਕਾਂ ਉਨਕਾਂ ਫੁੱਲ ਲੱਗੀਆਂ ਹੋਈਆਂ, ਕਿਉਂਕਿ ਪਹਿਲਾਂ ਯਾਰ ਬੈਠਾ ਸੀ ਨਾ ਸੋਨੂ ਸੀਤ ਵਾਲਾ, ਉਹਦੇ ਨਾਲ ਨਾ ਐਂ ਮੰਨ ਲਓ ਸਵਾਦ ਤਾਂ ਸੀ ਵੈਸੇ, ਪਰ ਉਨਾ ਸਵਾਦ ਜਾਂ ਆਉਂਦਾ ਨਹੀਂ ਸੀਗਾ। ਅਤੇ ਮੁੰਡੇ ਹੁਣ ਆਪਾਂ ਨੇ ਭਰ ਲਈ ਭਰੀ ਹੋਈ ਟਰਾਲੀ ਮੱਢ ਦੀ, ਪਾਲੀ ਆਪਣੇ ਜੌਂਡੀਅਰ ਦੇ ਮਗਰ। ਅਤੇ ਮਿੱਤਰੋ ਆਪਣਾ ਜਿਹੜਾ ਮੁਕਾਬਲਾ ਹੈਗਾ, ਪਹਿਲਾ ਟਰੈਕਟਰ ਆਪਣਾ ਹੈਗਾ ਇਹਦੇ ਵਿੱਚ ਜੌਂਡੀਅਰ, ਅਤੇ ਦੇਖਦੇ ਆ ਬਾਈ ਇਹ ਚੜੂਗਾ ਕਿ ਨਹੀਂ, ਕੀ ਬਣਦਾ, ਮੈਨੂੰ ਕੁਛ ਨਹੀਂ ਪਤਾ ਬਾਈ ਇਹਦਾ, ਕਿਉਂਕਿ ਟਰਾਲੀ ਮੱਢ ਦੀ ਭਰੀ ਹੈ ਬਾਈ, ਗਾਰਾ ਇਹਦੇ ਵਿੱਚ ਇੰਨਾ ਮਿੱਟੀ ਹੈ ਨਾ, ਆਏ ਸਾਹਿਬ ਐਂ ਮੰਨ ਲਓ ਵੀ 52,000 ਲੀਟਰ ਥੱਲੇ ਲਿਖਿਆ ਹੋਇਆ ਰਹੇਗਾ, ਇੰਨਾ ਵਜਨ ਇਹਦਾ, 52,000 ਲਿਖਿਆ ਆ ਰਿਹਾ, ਵੈਸੇ ਲੀਟਰ ਨਹੀਂ ਆ ਰਿਹਾ ਜਦ ਨਹੀਂ ਕਹਤੋਂ, ਚਲੋ ਕੋਈ ਗੱਲ ਨਹੀਂ ਬਈ। ਉਹ ਪਰ ਆਹ ਟਰੈਕਟਰ ਹੀ ਦੇਖੀ ਜਾਂਦੀ ਆਪਣੇ, ਕੀ ਚੱਕਰ ਮਿੰਟ ਪੈ ਗਿਆ ਬਾਈ ਇਹਨੂੰ, ਚਲੋ ਛੱਡੋ ਯਾਰ ਆਪਾਂ ਆਪਣਾ ਮੁਕਾਬਲਾ ਕਰਦੇ ਹਾਂ ਮੁੰਡਿਓ। ਚੱਲ ਵੀ ਜੌਂਡੀਅਰ ਦੇਖ ਲਿਆ ਝਟਕਣਾ,
ਤੀਜੇ ਗੇਅਰ 'ਚ ਬਈ ਆਟੋਮੈਟਿਕ ਪਿਆ ਹੋਇਆ ਕਿਉਂਕਿ ਮੇਰੇ ਕੋਲ ਗੇਅਰ ਵਾਲਾ ਸਿਸਟਮ ਹੈ ਨਹੀਂ ਗਾ, ਇਹ ਆਪ ਹੀ ਪੈਂਦੇ ਨੇ ਗੇਅਰ 'ਚ, ਹੁਣ ਆਹ ਦੇਖੋ ਚੇਂਜ ਕਰ ਲਏ ਮਣ ਕਰੇ ਆਪ ਹੀ ਇਹ। ਅਤੇ ਬਾਈ 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 ਬੇਇੱਜ਼ਤੀ ਨਾ ਕਰਾ ਦੀ ਭਰਾਵਾ, ਪਹਿਲਾਂ ਟਰੈਕਟਰਾਂ ਨੂੰ ਬੇਇੱਜ਼ਤੀ ਨਾ ਕਰਾ ਦੀ ਭਰਾਵਾ, ਬਾਈ ਮੁੰਡੇ ਬੇਇੱਜ਼ਤੀ ਦਾ ਨੇ ਕਰਵਾਤੀ ਆ ਦੇਖੋ, ਉਹਦੀ ਸਲਿੱਪ ਜੇ ਕੱਢ ਗਿਆ ਇਹ, ਅਤੇ ਗੇਅਰ ਚੇਂਜ ਕਰਿਆ ਮੈਂ ਪਹਿਲਾਂ ਪਾ ਕੇ ਦੇਖਾਂ, ਪਹਿਲੇ 'ਚ ਵੀ ਨਹੀਂ ਕੁਛ ਕਰਦਾ ਹੈਗਾ, ਦੂਜਾ ਪੈਂਦਾ ਨਹੀਂ ਹੈਗਾ ਬਾਈ। ਇੱਕ ਮਿੰਟ ਮਾੜਾ ਬੈਕ ਕਰਕੇ ਨਾ ਇੱਥੇ ਲਾ ਕੇ ਹੁਣ ਮਾੜੀ ਖਿੱਚ ਕੇ ਦੇਖੀ ਸਪੀਡ, ਚੱਲ 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 ਲੈ ਗਿਆ ਮੁੰਡੇ, ਖਿੱਚ ਲਿਆ ਨਾ ਪਰ ਬਾਈ ਇੱਦੂ ਤਾਂ ਹਾਂ ਟਰਾਲੀ ਜਾ ਹੀ ਨਹੀਂ ਰਹੀ ਮੁੰਡੇ, ਉਹ ਮੈਨੂੰ ਤਾਂ ਐਂ ਨਹੀਂ ਹਿਸਾਬ ਆਉਂਦਾ ਯਾਰ, ਇਹ ਉੱਪਰ ਚੜ੍ਹਾਈ ਤੱਕ ਲੈ ਜਾਣਗੇ ਕਿਵੇਂ, ਇੰਡੀਅਨ ਟਰੈਕਟਰ ਤਾਂ ਫੇਲ ਹੋ ਗਿਆ ਬਾਈ। ਇੱਕ ਵਾਰੀ ਮਾੜਾ ਜ਼ੋਰ ਹੋਰ ਮੰਗ ਗਏ, ਚੌਥੇ 'ਚ ਪੈ ਗਿਆ ਹੁਣ ਆਪੀ, ਚੱਲ 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 ਗਿਆ ਗਿਆ ਨਾ ਬਾਈ ਇੱਦੂ ਤਾਂ ਜਾਂਦਾ ਨਹੀਂ ਹੈਗਾ, ਇੱਦੂ ਤਾਂ ਤਾਂ ਬਾਈ ਕਿੰਨਾ ਮਰਜ਼ੀ ਜ਼ੋਰ ਲਾ ਲਈ ਆਪਣਾ ਟਰੈਕਟਰ ਜਾ ਹੀ ਨਹੀਂ ਸਕਦਾ। ਚਲੋ ਕੋਈ ਗੱਲ ਨਹੀਂ ਭਰਾ, ਆਪਣਾ ਜੌਂਡੀਅਰ ਹੈ ਇਹਨੂੰ ਕਰਦੇ ਹਾਂ ਆਪਾਂ ਡਿਸਕੁਆਲੀਫਾਈ, ਕਿਉਂਕਿ ਇਹ ਹੋ ਗਿਆ ਫੇਲ ਹੁਣ ਇੱਥੋਂ। ਹੁਣ ਆਪਾਂ ਪਾਉਣੇ ਆਗੇ ਆਪਣਾ ਫੋਰਨ ਵਾਲਿਆਂ ਦਾ, ਪਹਿਲਾਂ ਆਪਾਂ ਨੇ ਕਰਿਆ ਸੀ ਸਟੰਟ ਮੁਕਾਬਲਾ ਫੋਰਨ ਵਾਲੇ ਅਤੇ ਇੰਡੀਅਨ ਵਾਲਿਆਂ ਦੇ ਵਿੱਚ, ਉਹ ਵੀਡੀਓ ਤੁਸੀਂ ਨੇ ਵਧੀਆ ਪੈ ਦਿੱਤਾ, ਮੰਨ ਕੇ ਚਲੋ ਜਿੰਨੇ ਕੁ ਵਿਊ ਆਪਣੇ ਰੈਗੂਲਰ ਜਾਂਦੇ ਨੇ ਉਹਦੇ ਨਾਲ ਵਧੀਆ ਗਏ ਸੀ, ਤਾਂ ਕਰਕੇ ਆਪਾਂ ਨੇ ਤੁਹਾਡੀ ਸੇਵਾ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ ਆਇਆ ਮੁੰਡਿਓ, ਤਾਂ ਕਰਕੇ ਇਹਨੂੰ ਲਾਈਕ ਵਗੈਰਾ ਵਧੀਆ ਕਰ ਦਿਓ ਯਾਰ ਹੁਣ ਬਸ, ਅਤੇ ਕਮੈਂਟ ਵੀ ਕਰ ਦਿਓ ਅਗਲਾ ਮੁਕਾਬਲਾ ਆਪਾਂ ਕਿਹੜਾ ਕਰੀਏ, ਟੋਜਨ ਮੁਕਾਬਲਾ ਕਰੀਏ ਫਿਰ ਤਾਂ ਕਮੈਂਟ ਕਰ ਦਿਓ ਇੱਕ ਵਾਰੀ, ਅਤੇ ਇਹਨੂੰ ਬਈ ਆਪਾਂ ਇੱਥੇ ਲਾ ਦਿੰਦੇ ਹਾਂ, ਅਤੇ ਇਹਨੂੰ ਦੇਖਾਂਗੇ ਬਾਅਦ 'ਚੋਂ। ਅਤੇ ਹੁਣ ਆਪਾਂ ਚੱਕਦੇ ਹਾਂ ਇੱਕ ਫੋਰਨ ਵਾਲਾ, ਫੋਰਨ ਵਾਲੇ ਟਰੈਕਟਰ ਐਂ ਲੱਗੇ ਹੋਏ ਨੇ ਆਪਾਂ ਨੇ ਸੀਕੁਐਂਸ ਬਾਅਦ ਲਏ ਨੇ, ਛੋਟਾ ਉਦੂ ਵੱਡਾ ਉਦੂ ਵੱਡਾ ਅਤੇ ਸਭ ਤੋਂ ਵੱਡਾ ਅਤੇ ਉਦੂ ਫੇਰ ਵੱਡਾ ਜਮੀ ਫੁੱਲ ਵੱਡਾ। ਅਤੇ ਲਓ ਵੀ ਮੁੰਡਿਓ ਆਹ ਟਰੈਕਟਰ ਦਾ ਨਾਮ ਤਾਂ ਮੈਨੂੰ ਪਤਾ ਨਹੀਂ, ਅਤੇ ਇਹਦਾ ਕੈਮਰਾ ਮਾੜਾ ਕਰ ਲਈ ਚੇਂਜ ਬਾਈ, ਲੱਗਦਾ ਤਾਂ ਇਹ ਆਪਾਂ ਨੂੰ 36-30 ਵਰ ਗਈ ਆ, ਅਤੇ ਬਾਕੀ ਟਰੈਕਟਰ ਮੈਨੂੰ ਜਾਣ ਲੱਗਦੀ ਆ ਬਈ 4x4 ਨੇ ਵੈਸੇ ਸਾਰੇ ਫੋਰਨ ਵਾਲੇ, ਅਤੇ ਆਪਣੇ ਇੰਡੀਆ 'ਚ ਸਿਰਫ ਇੱਕ ਹੈ 4x4 ਬਾਈ ਆਪਣਾ ਨਿਊਜ਼ੀਲੈਂਡ 36। ਮੈਨੂੰ ਲੱਗਦਾ ਵੀ ਇਹੀ ਆ ਵੀ ਨਿਊਜ਼ੀਲੈਂਡ ਆਪਣਾ ਆਪਣੀ ਇੱਜ਼ਤ ਰੱਖ ਲੂਗਾ, ਪਰ ਬਾਕੀ ਰੱਬ ਜਾਣਦਾ ਬਾਈ। ਉਹ ਭਰਾਵਾ ਆਇਆ ਹੈ ਬਾਈ ਬਾਈ, ਮੈਨੂੰ ਤਾਂ ਲੱਗਦਾ ਫੋਰਨ ਵਾਲੇ ਜਮੀ ਬੇਇੱਜ਼ਤੀ ਕਰਨਗੇ ਆਪਦੀ ਯਾਰ, ਕਹਿੰਦਾ ਨਹੀਂ ਫੋਰਨ ਵਾਲੇ ਤਾਂ ਉਸ ਤੱਕ ਵੀ ਨਹੀਂ ਜਾਣਾ ਜਿਸ ਤੱਕ ਆਪਣਾ ਜੌਂਡੀਅਰ ਵੱਗ ਗਿਆ ਸੀਗਾ। ਲੈ ਲੈ ਗਿਆ ਭਰਾਵਾ, ਦੇਖੋ ਮੁੰਡੇ ਰੇਸ ਫੁੱਲ ਕਰੀ ਹੋਈ ਹੈ, ਮੈਂ ਕਿਤੇ ਤੁਸੀਂ ਐਵੇਂ ਕਹੋ ਵੀ ਜਾਣ ਕੇ ਰੇਸ ਨਹੀਂ ਕਰਦਾ ਜਾਂ ਕੁਛ ਵੀ ਨਹੀਂ ਕਰਦਾ, ਟਾਇਰ ਦੇਖੋ ਤੁਸੀਂ ਘੁੰਮੀ ਜਾ ਰਹੇ ਨੇ, ਰੇਸ ਮੈਂ ਫੁੱਲ ਕੀਤੀ ਹੋਈ ਆ ਬਾਈ। ਪਰ ਬਾਈ ਜਿਹੜਾ ਇਹ ਫੋਰਨ ਵਾਲਾ ਟਰੈਕਟਰ ਹੈ ਇਹਨੇ ਵੀ ਆਪਦੇ ਫੋਰਨ ਦੀ ਬੇਇੱਜ਼ਤੀ ਕਰਵਾਤੀ ਜਾਣੀ ਕਿ, ਅਤੇ ਚਲੋ ਮੈਂ ਕਹਿੰਦਾ ਇਹਨੂੰ ਛੱਡੀਏ ਯਾਰ, ਕਿਉਂਕਿ ਵੱਡੇ ਟਰੈਕਟਰਾਂ ਦੀ ਵਾਰੀ ਲਈਏ ਨਾ ਫੇਰ ਸਵਾਲ ਆਊਗਾ, ਇਹ ਛੋਟੇ ਨੇ ਹਜੇ ਵਿਚਾਰੇ, ਇਹ ਮੱਡ ਦੀਆਂ ਭਰੀਆਂ ਹੋਈਆਂ ਟਰਾਲੀਆਂ ਨਹੀਂ ਖਿੱਚ ਸਕਦੇ ਵਿਚਾਰੇ ਭਰਾਵਾ, ਇਹਨਾਂ ਦਾ ਕਸੂਰ ਹੈ ਨਹੀਂ ਕੋਈ। ਲਓ 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 ਲਓ, ਇਹ ਤਾਂ ਵਿਚਾਰਾ ਬਾਈ ਮੁੜਦਾ ਵੀ ਨਹੀਂ ਹੈਗਾ ਸਹੀ ਢੰਗ ਨਾਲ, ਇਹ ਤਾਂ ਮੈਨੂੰ ਲੱਗਦਾ ਇਹ ਆਂਟੀ ਤਾਂ ਚੜ ਜੇ, ਚੱਲ ਇਹ ਤਾਂ ਬਾਈ ਮੈਨੂੰ ਲੱਗਦਾ ਜੀ ਟੀ ਨਹੀਂ ਹੈਗੀ, ਤਾਂ ਕਰਕੇ ਇਹਨੇ ਉੱਪਰ ਚੜ੍ਹਦਾ ਨਹੀਂ ਆ ਬੰਦਿਆਂ ਦੇ FS2 ਦੇ ਵਿੱਚ, ਇਹ ਬੰਦੇ ਵਿੱਚ ਦੀ ਗਾਇਬ ਹੋ ਜਾਂਦੇ ਨਾ ਦੇਖੋ, ਉਹ ਗਾਇਬ ਹੀ ਹੋ ਗਈ, ਗਾਇਬ ਹੋ ਗਈ ਆਂਟੀ। ਬਾਈ ਗਾਇਬ ਹੋ ਗਈ ਬਾਈ, ਮੈਂ ਗੇਮ ਕੱਟ ਕੇ ਜਾ ਰਿਹਾ ਭਰਾਵਾ, ਭੂਤਾਂ ਆਉਂਦੀਆਂ ਨੇ ਇਹ ਤਾਂ ਭੂਤਾਂ ਆਉਂਦੀਆਂ ਟਰੈਕਟਰ ਦੇ ਵਿੱਚ ਵੜ ਕੇ ਗਾਇਬ ਹੀ ਹੋ ਗਈ, ਐਵੇਂ ਨਹੀਂ ਵੀ ਚੱਲ ਪਰਾਂ ਕਿ ਨਿਕਲ ਜੇ ਚੱਲ ਵੀ, ਹੈ ਨਾ ਗਲੀਚ ਹੁੰਦੀ ਹੈਗੀ ਮਾੜੀ ਮੋਟੀ, ਨਾ ਜੀ ਗਾਇਬ। ਅਤੇ ਮੇਰੇ ਭਰਾਵੋ ਹੁਣ ਆਪਣੀ ਵਾਰੀ ਆ ਗਈ ਮੇਰੇ ਵੀਰੋ ਨੀਸ਼ੂ ਬਾਈ ਵਾਲੇ 855 ਦੀ, ਅਤੇ ਇਹ ਝੋਟੇ 'ਤੇ ਮੈਨੂੰ ਇੰਨਾ ਕਮਾਣ ਹੈਗਾ ਗਾ, ਓਏ ਓਏ ਝੋਟਿਆ ਇੱਕ ਮਿੰਟ ਬੇਇੱਜ਼ਤੀ ਨਾ ਕਰਾਂ, ਮੈਂ ਤੇਰੀ ਤਾਰੀਫ਼ ਕਰਨ ਲੱਗ ਨਾ ਤੂੰ ਹੋਰੀ ਪਾਸੇ ਜਾਈ ਜਾਂਦਾ, ਅਤੇ ਇਹ ਤਾਂ ਮੈਨੂੰ ਇੰਨਾ ਕਮਾਣ ਹੈਗਾ ਵੀ ਇਹ ਮੁੰਡਿਓ ਆਪਦੀ ਸਪੀਡ ਦੇ ਜ਼ੋਰ 'ਤੇ ਆਪਦੇ ਦਮ 'ਤੇ ਇਹ ਨਾ ਘੱਟੋ ਘੱਟ ਅੱਧੀ ਕੁ ਪਹਾੜੀ ਚਾੜ ਦੂਗਾ, ਬਾਕੀ ਦੇਖਦੇ ਵੀ ਕਿੰਨਾ ਕੁ ਚੜੂਗਾ ਉਹ ਇਹਦੇ ਸਾਰੇ। ਹੁਣ ਆਪਾਂ ਦੇਖਦੇ ਹਾਂ ਕੋਈ ਟਰਾਲੀ ਪਾ ਲਈਏ, ਚਲੋ ਮੁੰਡੇ ਮਟ ਦੀ ਭਰੀ ਹੋਈ ਟਰਾਲੀ ਆਪਾਂ ਨੇ ਪਾ ਲਈ ਹੈ, ਅਤੇ ਹੁਣ ਆਪਣੇ ਕਰਤਾ ਮੁਕਾਬਲਾ ਸ਼ੁਰੂ ਦੁਬਾਰੇ ਫੇਰ, ਅਤੇ ਪਿੱਛੇ ਬਾਈ ਪਿੱਛੇ ਵੀ ਨਿਸ਼ੂ ਬਾਈ ਦੀ ਫੋਟੋ ਹੈ, ਇਹਦੇ ਪਿੱਛੇ ਵੀ ਨਿਸ਼ੂ ਬਾਈ ਦੀ ਫੋਟੋ ਹੈ,
ਹੁਣ ਬਸ ਬੇਇੱਜ਼ਤੀ ਨਾ ਕਰਾ ਦੀ ਭਰਾਵਾ, 855 ਤੇਰੇ 'ਤੇ ਮਾਣ ਹੈ ਮੈਨੂੰ, ਕਿਉਂਕਿ ਪਹਿਲਾਂ ਆਪਣਾ ਟਰੈਕਟਰ ਫੇਲ ਹੋਇਆ ਇੱਕ। ਚੱਲ ਵੀ ਕਰਾਂ, ਚੱਲ ਬਈ ਚੱਲ ਚੱਲ ਮੁੰਡੇ ਆਰਾਮ ਨਾਲ ਜਾਂਦਾ ਮੁੰਡੇ ਆਰਾਮ ਨਾਲ, ਜਮੀ ਆਰਾਮ ਨਾਲ ਬਈ, ਸਿਰਾ ਟੋਪ ਲੈਵਲ। ਪਰ ਟਰਾਲੀ ਪਲਟੀ ਸੀ, ਪਰ ਗਿਆ ਓਏ 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 ਓਏ, ਟਰਾਲੀ ਨੇ ਪਲਟੀ, ਟਰਾਲੀ ਨੇ ਪਲਟੀ ਪਲਟੀ ਮੈਂ, ਓ ਯਾਰ ਟਰਾਲੀ ਪਲਟ ਗਈ ਮੁੰਡੇ, ਬੜਾ ਗਲਤ ਕੰਮ ਹੋ ਗਿਆ ਇੱਥੇ। ਗਲਤੀ ਪਤਾ ਮੇਰੀ ਆ, ਮੇਰੀ ਡਰਾਈਵਿੰਗ ਦੀ ਗਲਤੀ ਆ। ਟਰਾਲੀ ਵੈਸੇ ਸਹੀ ਸੀ, ਆਪਾਂ ਇੱਕ ਵਾਰੀ ਨਾ ਟਰੈਕਟਰ ਨੂੰ ਕਰ ਲਈਏ, ਟਰੈਕਟਰ ਨੂੰ ਕੱਢ ਲਈਏ, ਆਪਾਂ ਟਰਾਲੀ ਫੇਰ ਕੱਢ ਲਾਂਗੇ, ਕਿਉਂਕਿ ਟਰਾਲੀ ਕੱਢਣ ਵਾਸਤੇ ਆਪਣੇ ਕੋਲ 4x4 ਵੱਡੇ ਟਰੈਕਟਰ ਹੈਗੇ ਨੇ। ਓਏ ਹੋਏ ਬਾਈ, ਨੀਸ਼ੂ ਬਾਈ ਵਾਲਾ ਟਰੈਕਟਰ ਸਟੰਟ ਕਿਵੇਂ ਨਾ ਕਰੇ, ਹੈ ਨਾ। ਚੱਲ ਹੁਣ ਆਪਾਂ ਟਰਾਲੀ ਕੱਢ ਲਈ ਇੱਕ ਵਾਰੀ ਮੁੰਡੇ, ਫੇਰ ਆਪਾਂ ਨਾ ਦੁਬਾਰੇ ਟੋਚਰ ਪਾ ਕੇ ਦੁਬਾਰੇ ਫੇਰ ਆਪਾਂ ਨੀਸ਼ੂ ਬਾਈ ਵਾਲਾ ਟਰਾਈ ਮਾਰਦੇ, ਕਿਉਂਕਿ ਮੈਨੂੰ ਮਾਣ ਹੈ ਅਤੇ ਵੀ ਮੈਨੂੰ ਮਾਣ ਹੈਗਾ ਸੀ ਪਹਿਲਾਂ, ਹੁਣ ਵੀ ਇਹ ਦੁਬਾਰੇ ਵੀ ਕੱਢ ਦੂਗਾ। ਅਤੇ ਲਓ ਮੁੰਡੇ, 10,532 ਸਾਲ ਬਾਅਦ ਆਪਣੀ ਟਰਾਲੀ ਮਸਾਂ ਮੈਂ ਉੱਥੇ ਲਾਈ ਆ, ਕਿਉਂਕਿ ਮੈਨੂੰ ਪਤਾ ਬਈ ਮੈਂ ਕਿਹੜੇ ਹਿਸਾਬ ਨਾਲ ਇਹਨੂੰ ਰੀਸੈਟ ਕਰਕੇ ਦੁਬਾਰੇ ਮੱਢ ਦੀ ਭਰ ਕੇ ਲੈ ਕੇ, ਕਿਉਂਕਿ ਯਾਰ ਜਦੋਂ ਟਰਾਲੀ ਮੁੱਧੀ ਹੋ ਗਈ ਨਾ ਉਹ ਦੁਬਾਰੇ ਸਿੱਧੀ ਹੁੰਦੀ ਹੋਈ ਨੀਗੀ, ਉਹਦੇ ਵਾਸਤੇ ਆਪਾਂ ਨੂੰ ਸਪੈਸ਼ਲ ਇੱਕ ਮੋੜ ਵਗੈਰਾ ਪਾਉਣਾ ਪੈਂਦਾ ਹੁੰਦਾ, ਸੁਪਰ ਪਾਵਰ ਵਾਲਾ ਵੀ ਆਪਾਂ ਨੂੰ ਸਿੱਧੀ ਕਰ ਸਕੀਏ। ਅਤੇ ਯਾਰ ਉਹ ਮੋੜ ਮੈਨੂੰ ਉੱਥੇ ਆਇਆ ਨਹੀਂ ਹਾਲੇ ਤੱਕ, ਅਤੇ ਯਾਰ ਜੇ ਕਿਸੇ ਨੂੰ ਮੋੜ ਪਤਾ ਹੋਇਆ ਨਾ ਇੱਕ ਵਾਰੀ ਕਮੈਂਟ ਕਰ ਦਿਓ ਮੇਰਾ ਭਰਾ, ਬਈ ਮੈਂ ਬਹੁਤ ਜ਼ਿਆਦਾ ਔਖਾ ਹੁੰਦਾ ਉਹਦੇ ਕਰਕੇ ਯਾਰ, ਜੇ ਆਪਾਂ ਨੂੰ ਉਹ ਮੋੜ ਮਿਲ ਜਾਂਦਾ ਆਪਣਾ ਐਂ ਮੰਨ ਲਓ 15 ਤੋਂ 20 ਮਿੰਟ ਆਪਣੇ ਬਚ ਜਾਂਦੇ। ਚਲੋ ਕੋਈ ਗੱਲ ਨਹੀਂ ਮੁੰਡਿਓ, ਆਪਣਾ ਜਿਹੜਾ ਆਪਣਾ ਕੰਮ ਸੀ ਸਾਰਾ ਆਪਣੇ ਕਰ ਲਿਆ, ਇੱਕ ਵਾਰੀ ਹੁਣ ਆਪਾਂ ਮੁਕਾਬਲਾ ਜਿਹੜੇ ਨੂੰ ਦੁਬਾਰੇ ਕੰਟੀਨਿਊ ਕਰਦੇ ਹਾਂ, ਅਤੇ ਆਪਣੇ ਹੁਣ ਆਪਣਾ 855 ਉੱਪਰ ਲੈ ਕੇ ਜਾਣਾ ਮੇਰੇ ਹਿਸਾਬ ਨਾਲ ਬਗ ਜੂ, ਕਿਉਂਕਿ ਪਹਿਲਾਂ ਇਹ ਨਾ ਤੁਰ ਪਿਆ ਸੀ ਵਧੀਆ, ਬਸ ਰਾਹ 'ਚ ਖੰਭਾ ਜਾਣ ਕਰਕੇ ਲਾਈਟ ਜਿਹੀ ਵਾਲਾ, ਉਹਦੇ ਕਰਕੇ ਨਾ ਪਲਟ ਗਈ ਟਰਾਲੀ, ਅਤੇ ਕੁਛ ਮਰਜ਼ੀ ਹੋਵੇ ਚਲੋ ਛੱਡੋ, ਆਪਾਂ ਹੁਣ ਮੁਕਾਬਲਾ ਕਰਦੇ ਮੁੰਡੇ ਦੁਬਾਰੇ ਸਟਾਰਟ। ਅਤੇ ਤੁਸੀਂ ਦੇਖਿਆ ਆਪਣੇ ਪਹਿਲਾਂ ਇੱਕ ਵਾਰੀ ਇੰਡੀਅਨ ਟਰੈਕਟਰ ਹਾਰ ਗਿਆ, ਅਤੇ ਇੱਕ ਵਾਰੀ ਹਾਰ ਗਿਆ ਫੋਰਨ ਵਾਲਾ, ਅਤੇ ਹੁਣ ਮੇਰੇ ਹਿਸਾਬ ਨਾਲ ਜੇ ਆਪਣਾ ਇੰਡੀਅਨ ਜਿੱਤ ਗਿਆ ਤਾਂ ਵਧੀਆ ਗੱਲ ਹੈ, ਕਿਉਂਕਿ ਫੋਰਨ ਲੱਗੇ ਬਈ ਤਕੜੇ ਤੋਂ ਤਕੜਾ ਟਰੈਕਟਰ ਚੜਿਆ ਹੁੰਦਾ, ਅਤੇ ਉਹਦੇ ਅਗਲੇ 3 ਨੇ ਮੇਰੇ ਹਿਸਾਬ ਨਾਲ ਤਾਂ ਹਾਰ ਦੀ ਨਹੀਂ ਹੈਗੇ, ਕਿਉਂਕਿ 4x4 ਉਹਨੇ, ਅਤੇ ਟਾਇਰ ਵੀ ਉਹਨਾਂ ਦੇ ਖਾਸੇ ਖਾਸੇ ਨੇ ਬਈ, ਪਤਾ ਨਹੀਂ ਕਿੰਨੇ ਕਿੰਨੇ ਨੇ। ਅਤੇ ਲਓ ਵੀ ਮੁੰਡੇ ਕਰੀਏ ਸਟਾਰਟ ਫਿਰ। ਚਲੋ ਵੀ ਮੈਂ ਕਹਿੰਦਾ ਹੁਣ ਆਪਣਾ 855 ਨੂੰ ਲੈ ਕੇ ਚੱਲਦੇ ਹਾਂ ਆਪਾਂ ਉੱਪਰ ਮੰਦਰ ਤੱਕ, ਦੇਖਦੇ ਹਾਂ ਬਈ ਕਿੰਨੀ ਚੜ੍ਹਾਈ ਬਹੁਤ ਆ ਯਾਰ, ਇੱਕ ਵਾਰੀ ਚੜ੍ਹਾ ਕੇ ਦੇਖਦੇ ਹਾਂ ਆਪਾਂ ਇਹ ਜਾਊਗਾ ਕਿ ਨਾ। ਲੈ ਵੀ ਖਿੱਚਤਾ ਇੱਕ ਵਾਰ ਤਾਂ ਆਪਾਂ ਨੇ ਦੁਬਾਰੇ, ਪਹਿਲਾਂ ਵੱਗ ਗਿਆ ਸੀ ਯਾਰ, ਪਰ ਰਾਹ 'ਚ ਖੰਭਾ ਜਿਹਾ ਲੱਗ ਗਿਆ ਨਾ ਤਾਂ ਕਰਕੇ ਆਪਣਾ ਟਰੈਕਟਰ ਪਲਟ ਗਿਆ ਸੀ, ਪਰ ਹੁਣ ਮੈਂ ਸਾਹ ਨਾਲ ਲੈ ਗਿਆ ਉਹਨੂੰ ਹੌਲੀ ਹੌਲੀ, ਕਿਉਂਕਿ ਖੜ੍ਹਾ ਬੜਾ ਜ਼ਿਆਦਾ, ਦੇਖੋ ਮਤਲਬ ਖੜ੍ਹਾ ਹੁੰਦਾ ਹੁਣ ਇਹ ਖੜ੍ਹਾ ਹੋ ਕੇ ਨਾ, ਪਰ ਲੈ ਜੂਗਾ ਇਹ ਮੇਰੇ ਹਿਸਾਬ ਨਾਲ, ਜ਼ੋਰ ਇਹਦੇ 'ਚ ਅੰਨਾ ਹੈਗਾ ਪੂਰਾ। ਆ ਦੇਖੋ ਟਰਾਲੀ ਪਲਟਦੀ ਆ, ਟਰਾਲੀ ਥੋੜ੍ਹੀ ਜਿਹੀ ਨਾ, ਟਰਾਲੀ 'ਚ ਦਿੱਕਤ ਹੈਗੀ ਆ। ਲਓ ਵੀ ਮੁੰਡੇ ਜਾਂਦਾ ਜਮਾ ਆਰਾਮ ਨਾਲ, ਬਾਕੀ ਥੋੜ੍ਹੇ ਥੋੜ੍ਹੇ ਟਾਇਰ ਚੱਕਦਾ, ਇੰਨੇ ਹੀ ਚੱਕਣੇ ਬਣਦੇ ਵੀ ਨਹੀਂ ਬਈ, ਚੜ੍ਹਾਈ ਦੇਖੋ ਕਿੰਨੀ ਜ਼ਿਆਦਾ ਆ, ਆਹ ਦੇਖੋ ਕਿੰਨੀ ਚੜ੍ਹਾਈ ਜ਼ਿਆਦਾ, ਹਜੇ ਤਾਂ ਉੱਪਰ ਹੋਰ ਆਊਗੀ। ਅਤੇ ਲਓ ਵੀ ਮੁੰਡੇ ਆਹ ਚੜ੍ਹਾਈ ਇੱਕ ਹੋਰ ਹੈ, ਹਜੇ ਮੇਨ ਚੜ੍ਹਾਈ ਆ ਗਈ ਸਾਹਮਣੇ ਇੱਥੇ, ਆਹ ਦੇਖੋ ਬੰਦ ਹੋ ਗਿਆ। ਚੱਲ ਚੱਲ ਬਾਈ, ਓਏ ਖੜ੍ਹਾ ਨਾ ਹੋ, ਖੜ੍ਹਾ ਹੋ ਕੇ ਨਾ ਇਹ ਕੰਮ ਗਲਤ ਕਰਦਾ ਹੁੰਦਾ ਮੇਰੇ ਹਿਸਾਬ ਨਾਲ, ਪਲਟ ਸਕਦਾ ਜੇ ਖੜ੍ਹਾ ਹੋ ਗਿਆ। ਲਓ ਵੀ ਹੁਣ ਓਏ ਥੋੜ੍ਹਾ ਥੋੜ੍ਹਾ ਟਾਇਰ ਚੱਕਦਾ। ਲਓ ਵੀ ਮੈਂ ਕਹਿੰਦਾ ਚੜ੍ਹ ਗਿਆ ਮੁੰਡੇ ਚੜ੍ਹਾਈ 'ਤੇ ਆਪਣਾ 855। ਜੇ ਤੁਹਾਨੂੰ 855 ਵਧੀਆ ਲੱਗਦਾ ਮੁੰਡੇ, ਇੱਕ ਵਾਰੀ ਲਾਈਕ ਕਰ ਦਿਆ ਕਰੋ ਫਿਰ। ਅਤੇ ਆਪਾਂ ਨੇ ਇੱਥੇ ਤੱਕ ਹੀ ਚਾੜ੍ਹਨਾ ਸੀਗਾ, ਸਾਹਮਣੇ ਦੁਗੇ ਚੜ੍ਹੀ ਜਾਊਗਾ ਮੇਰੇ ਹਿਸਾਬ ਨਾਲ ਨਾ। ਓਏ ਖੜ੍ਹਾ ਹੋ ਜਾਂਦਾ ਇੱਥੋਂ ਨਾ, ਹਾਰ ਜੀ ਭਰਾਵਾ ਇੱਥੋਂ ਤਾਂ ਬੜੀ ਬੇਇੱਜ਼ਤੀ ਹੋ ਜੂ। ਓਏ 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 ਸੱਚੀ ਸੱਚੀ ਸੱਚ ਗਿਆ ਮਿੱਤਰੋ, ਆ ਦੇਖੋ ਬਈ ਕਿੱਥੇ ਜਾ ਕੇ ਨਾ ਮਾੜਾ ਜਿਹਾ ਖੜ੍ਹਾ ਹੋ ਕੇ ਟਾਇਰ ਉੱਪਰ ਚੜ੍ਹ ਗਿਆ, ਪਰ ਕੋਈ ਨਾ ਮੈਂ ਹਿਸਾਬ 'ਚ ਕਰ ਲਊਂ ਇੱਥੇ ਤਾਂ। ਜੇ ਮਾੜਾ ਜਿਹਾ ਹੋਰ ਅੱਗੇ ਵਗ ਜਾਂਦਾ ਫਿਰ ਅੱਗੇ ਆਪਣਾ ਕੰਮ ਗਲਤ ਹੋ ਜਾਂਦਾ। ਆ ਦੇਖੋ ਇੱਥੇ ਕੰਮ ਗਲਤ ਹੋ ਗਿਆ, ਤਾਂ ਹੁਣ ਫਸ ਗਿਆ ਨਾ ਇਹ, ਖੇਡ ਲਓ ਖੇਡ ਕੀ ਕਰਨਾ ਇਹਦਾ, ਆ ਫਸ ਗਿਆ ਟਾਇਰ ਇਹਦਾ, ਕੀ ਕਰ ਸਕਦੇ ਹੁਣ ਆਪਾਂ, ਹੁਣ ਜ਼ੋਰ ਲਾ ਕੇ ਦੇਖੀ ਜੇ ਨਿਕਲੂਗਾ, ਨਹੀਂ ਵੀ ਟਰਾਲੀ ਦਾ ਆਪਾਂ ਕੱਢ ਹੀ ਦਿਆ, ਮੈਂ ਕੋਈ ਹੋਰ ਟਰੈਕਟਰ ਨਾਲ ਲੈ ਜਾਵਾਂਗੇ ਅੱਗੇ। ਚੱਲ ਆਪਾਂ ਟਰਾਲੀ ਕੱਢ ਦਿਆਂਗੇ, ਕਿਉਂਕਿ ਟਰਾਲੀ ਨੇ ਆਪਾਂ ਰਿਸਕ ਕਾਹਨੂੰ ਲੈਣਾ ਹੈ ਨਾ, ਟਰੈਕਟਰ ਕੱਢ ਟਰਾਲੀ ਕੱਢ ਕੇ ਆਪਾਂ ਇੱਕ ਵਾਰੀ ਐਂ ਕਰਕੇ ਦੇਖਦੇ ਹਾਂ ਇੱਕ ਵਾਰੀ, ਬਸ ਹੁਣ ਪਰਲੇ ਪਾਸੇ ਨਾ ਡਿੱਪੀ ਭਰਾਵਾ, ਪਰਲੇ ਪਾਸੇ ਮੇਰੀ ਜਿਹੜੀ ਗੱਲ ਕਹੀ ਸੀ ਮੈਂ ਉਹੀ ਕਰ ਗਿਆ। ਆਹ ਕੀ ਹੋ ਜਾਂਦਾ ਇਹਨੂੰ, ਆਹ ਗੇਮ ਫਸੀ ਜਾਂਦਾ ਬਈ, ਗਲੀਚ ਨਹੀਂ ਕਾਹਤੋਂ ਇਹਦੇ ਵਿੱਚ। ਲਓ ਖੇਡ ਲਓ,
ਅਤੇ ਲੋ ਜੀ ਮਿੱਤਰੋ, ਤੁਸੀਂ ਦੇਖਿਆ ਆਪਣਾ 855 ਚੜ੍ਹਾਈ 'ਤੇ ਚੜ੍ਹਤਾ ਗਿਆ ਸੀ, ਪਰ ਉੱਥੇ ਜਾ ਕੇ ਉੱਥੇ ਉਹਨੇ ਥੋੜ੍ਹਾ ਕੰਮ ਗਲਤ ਕਰਤਾ, ਕਲਿੱਚ ਜੀ ਹੋ ਗਈ ਸੀ, ਤਾਂ ਕਰਕੇ ਆਪਣਾ ਟਰੈਕਟਰ 'ਤੇ ਫਸ ਗਿਆ ਸੀ, ਅਤੇ ਉੱਥੇ ਮੈਂ ਰੀਸੈਟ ਕਰਤਾ ਉਹ ਆਪਣੀ ਸ਼ੋਪ 'ਤੇ ਵਾਪਸ ਵੱਗ ਗਿਆ ਹੋਣਾ। ਪਰ ਇੱਥੋਂ ਆਪਣੇ ਇੰਡੀਅਨ ਟਰੈਕਟਰਾਂ ਨੂੰ ਇੱਕ ਨੰਬਰ ਮਿਲ ਗਿਆ, ਅਤੇ ਆਪਣਾ ਇੱਕ ਫੋਰਨ ਵਾਲਾ ਹਾਰ ਗਿਆ ਸੀ, ਇੱਕ ਇੰਡੀਅਨ ਹਾਰ ਗਿਆ ਸੀ, ਤਾਂ ਕਰਕੇ ਉਹ ਕ੍ਰੋਸ ਹੋ ਗਏ, ਯਾਨੀ ਕਿ ਕੱਟ ਗਏ ਉਹ, ਅਤੇ ਹੁਣ ਆਪਣਾ ਇੱਕ ਇੰਡੀਅਨ ਨੂੰ ਮਿਲ ਗਿਆ, ਅਤੇ ਹੁਣ ਇਹਨੂੰ ਦੇਖਦਾ ਵੀ ਮਿਲੂ ਨੰਬਰ ਕਿ ਨਾ, ਕੀ ਬਣਦਾ ਯਾਰ। ਬਾਕੀ ਦੇਖਦਾ ਟਰਾਈ ਮਾਰ ਕੇ, ਮੇਰੇ ਹਿਸਾਬ ਨਾਲ ਟਰੈਕਟਰ ਵਗ ਜੂਗਾ, ਕਿਉਂਕਿ 4x4 ਹੈ ਇਹ, ਅਤੇ ਬਾਕੀ ਹੈਗਾ ਫੋਰਨ ਵਾਲਾ, ਜਾਨ ਤਾਂ ਨਹੀਂ ਹੋਊਗੀ ਉਹ। ਬਾਕੀ AC ਲੱਗਿਆ ਹੋਇਆ ਬਾਈ, ਬਾਕੀ ਦੇਖਦੇ ਹਾਂ ਯਾਰ, ਆਪਾਂ ਨੂੰ ਕੁਛ ਪਤਾ ਨਹੀਂ ਹੈਗਾ ਅਜੇ ਵੀ ਕੀ ਬਣਨਾ ਹੈਗਾ। ਇੱਕ ਵਾਰੀ ਤੁਰਤਾ ਪਿਆ ਇਹ ਚੌਥੇ ਗੇਅਰ 'ਚ, ਸ਼ਾਇਦ ਇਹ ਹੌਲੀ ਹੌਲੀ ਕਰਕੇ ਲੈ ਜੂਗਾ, ਪਰ ਜੇ ਬਾਈ ਇਹ ਖੜ ਗਿਆ, ਕਹਿੰਦੇ ਕਾਲੀ ਜਵਾਨ ਉਹੀ ਗੱਲ ਕਰਤੀ ਨਾ, ਉੱਥੇ ਹੀ ਖੜ ਗਿਆ ਬਾਈ, ਜਿੱਥੇ ਮੂੰਹ 'ਚੋਂ ਬੋਲ ਕੱਢਤਾ ਉੱਥੇ ਹੀ ਸਲਿੱਪ ਮਾਰ ਲਾਦਾ। ਲੈ 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 ਲੱਗ, ਜਿੰਨਾ ਮਰਜ਼ੀ ਜ਼ੋਰ ਲੈ ਲਓ ਵੀ ਜਾਂਦਾ ਨਹੀਂ ਗਾ ਇਹ। ਇੱਥੇ ਪਤਾ ਕਿਹੜਾ ਟਰੈਕਟਰ ਚੜ੍ਹ ਸਕਦਾ ਹੈਗਾ, ਜਿਹੜਾ ਮੰਨਿਆ ਕਿ ਚਲੋ ਸਪੀਡ ਵਾਲਾ ਫੁੱਲ, ਜਿਹ 'ਚ ਫੁੱਲ ਸਪੀਡ ਹੈਗੀ ਆ, ਕਿਉਂਕਿ ਇੱਥੇ ਸਪੀਡ ਵਾਲਾ ਕੰਮ ਹੈ। ਇੱਕ ਵਾਰੀ ਫੁੱਲ ਸਪੀਡ ਦੇ ਕੇ ਜੇ ਆਹ ਚੜ੍ਹਾਈ ਆਪਾਂ ਟਪਾਤੀ, ਉਦੋਂ ਬਾਅਦ ਗਾਣਾ ਸੌਖਾ ਹੀ ਹੈ ਕੰਮ, ਪਰ ਇੱਥੇ ਆ ਕੇ ਟਰੈਕਟਰ ਸਾਰੇ ਦਮ ਤੋੜ ਜਾਂਦੇ ਨੇ ਅੱਧਾ, ਤਾਂ ਕਰਕੇ ਨਾ ਥੋੜ੍ਹਾ ਜਿਹਾ ਇਹ ਹੈਗਾ ਸਿਸਟਮ। ਚਲੋ ਵੀ ਇਹਨੂੰ ਆਪਾਂ ਕਰ ਦਿੰਦੇ ਬੈਕ, ਕਿਉਂਕਿ ਇਹਨੇ ਬਾਈ ਫੋਰਨ ਵਾਲਿਆਂ ਦੀ ਕਰਾ ਦੀ ਬੇਇੱਜ਼ਤੀ। ਬਾਕੀ ਬਾਈ ਪਲਟਣਾ ਜਾਵੇ ਟਰਾਲੀ, ਕਿਉਂਕਿ ਟਰਾਲੀ ਪਲਟਣ ਦਾ ਖਤਰਾ ਬਾਹਲਾ ਜ਼ਿਆਦਾ, ਕਿਉਂਕਿ ਟਰਾਲੀ ਭਾਰੀ ਬਾਹਲੀ ਜ਼ਿਆਦਾ ਹੋ ਰਹੀ ਆ, ਤਾਂ ਕਰਕੇ ਨਾ ਇਹ ਟਰਾਲੀ ਇੱਕ ਪਾਸੇ ਚੱਕੀ ਜਾਂਦੀ ਹੈ ਮਾੜੀ ਜਿਹੀ, ਨਾ ਉਹਦੀ ਨਾ ਪਲਟ ਜਾਂਦੀ ਆ। ਪਹਿਲਾਂ ਆਪਾਂ ਪਲਟੀ ਟਰਾਲੀ, ਤਾਂ ਕਰਕੇ ਨਾ ਮੇਰਾ ਜੀ ਨਹੀਂ ਕਰਦਾ ਹੁਣ ਪਲਟਾਉਣ ਦਾ ਦੁਬਾਰਾ, ਕਿਉਂਕਿ ਮੈਨੂੰ ਦੁਬਾਰੇ ਜਾ ਕੇ ਮੱਢ ਭਰ ਕੇ ਲਿਆਉਣੀ ਪੈਂਦੀ ਵੀ, ਬਾਹਲਾ ਟਾਈਮ ਲੱਗ ਜਾਂਦਾ। ਜੇ ਕਿਸੇ ਨੂੰ ਪਤਾ ਹੋਇਆ ਸੁਪਰ ਪਾਵਰ ਵਾਲੀ ਮੋਡ ਦਾ, ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰ ਦਿਓ, ਆਪਾਂ ਪਾ ਲਾਂਗੇ ਯਾਰ, ਉਹਦਾ ਨਾਲ ਸੌਖਾ ਬਾਹਲਾ ਹੋ ਜਾਂਦਾ ਕੰਮ ਆਪਣਾ। ਬਾਕੀ ਦੇਖੋ ਆਹ ਸ਼ਾਇਦ ਗੈਬ ਹੋਊਗਾ, ਨਾ ਇਹ ਨਹੀਂ ਗੈਬ ਹੋਇਆ ਬਾਈ, ਜਿਹੜੀ ਪਹਿਲਾਂ ਭੂਤ ਆਈ ਸੀ ਨਾ ਉਹ ਗੈਬ ਹੋ ਗਈ ਸੀ ਦੇਖੋ। ਅਤੇ ਲੋ ਜੀ ਮੁੰਡਿਓ, ਆਪਣਾ ਜਿਹੜਾ ਇੱਕ ਫੋਰਨ ਵਾਲਾ ਇਹ ਫੇਲ ਹੋ ਚੁੱਕਿਆ, ਅਤੇ ਨੰਬਰ ਆਪਣਾ ਇੱਕ ਇੰਡੀਅਨ ਵਾਲਿਆਂ ਨੂੰ ਮਿਲ ਚੁੱਕਿਆ, ਅਤੇ 1-0 ਹੋ ਗਿਆ ਹੁਣ। ਅਤੇ ਮੇਰੇ ਹਿਸਾਬ ਨਾਲ ਆਪਣੇ 2 ਟਰੈਕਟਰ ਖੜ੍ਹੇ ਨੇ ਇੰਡੀਅਨ, ਅਤੇ 3 ਖੜ੍ਹੇ ਨੇ ਆ ਫੋਰਨ ਵਾਲੇ ਯਾਰ। ਇਹਨਾਂ 'ਚ ਮਿੱਤਰ ਆਪਾਂ ਨੂੰ 3 'ਚ ਯਾਰ ਇੱਕ ਡਿਸਕੁਆਲੀਫਾਈ ਕਰਨਾ ਪਊਗਾ ਟਰੈਕਟਰ, ਇਹ ਕਿਹੜਾ ਕਰੀਏ। ਜੇ ਆਪਾਂ ਕਰਾਂਗੇ ਉਹਨੂੰ ਪਰਲੇ ਨੂੰ, ਫਿਰ ਨਾਇਣ ਸਾਫੀ ਹੋ ਜੂਗੀ, ਕਿਉਂਕਿ 2 ਟਰੈਕਟਰ ਬਾਹਲੇ ਵੱਡੇ ਹੋਣਗੇ, ਤਾਂ ਕਰਕੇ ਆਪਾਂ ਐਂ ਕਰਦੇ ਹਾਂ। ਮੇਰੇ ਹਿਸਾਬ ਨਾਲ ਆਹ ਟਰੈਕਟਰ ਜਾਏ ਤੱਕ ਦੁਬਾਰਾ, ਤਾਂ ਇਹਨੂੰ ਆਪਾਂ ਡਿਸਕੁਆਲੀਫਾਈ ਕਰ ਦਿੰਦੇ ਹਾਂ। ਹੁਣ ਆਪਣੇ ਕੋਲ ਰਹਿ ਗਏ ਫੋਰਨ ਵਾਲੇ ਆਹ ਸਾਹਮਣੇ ਵਾਲਾ, ਅਤੇ ਇੱਕ ਪਰਲਾ, ਠੀਕ ਹੈ ਗਾਈਸ, ਕਿਉਂਕਿ ਆਪਣੇ ਕੋਲ ਇੰਡੀਅਨ ਵਾਲੇ 2 ਹੀ ਨੇ ਹੋਰ। ਚਲੋ ਵੀ ਹੁਣ ਇੰਡੀਅਨ ਵਾਲਾ ਆਪਾਂ ਚੱਕਦੇ ਹਾਂ ਬਾਈ ਟੋਜਨ, ਕਿਉਂਕਿ ਇਹ ਤਾਂ ਮੈਨੂੰ ਯਾਰ ਐਂ ਲੱਗਦਾ ਮੈਨੂੰ ਵੀ ਇਹ ਚੜ੍ਹਾ ਦੂਗਾ, ਕਿਉਂਕਿ ਜ਼ੋਰ ਇਹ 'ਚ ਵਧੀਆ ਹੈਗਾ। ਬਾਕੀ ਸਪੀਡ ਇਹਦੀ 15-20 ਦੀ ਇੱਕ ਲੱਤ ਚੜ੍ਹ ਜਾਂਦੀ ਹੈ, ਪਹਿਲੀ ਪਿਕਅਪ ਵਧੀਆ ਇਹਦੀ। ਬਾਕੀ ਦੇਖਦਾ ਬਾਈ ਕੀ ਬਣਦਾ, ਇੱਕ ਵਾਰੀ ਟਰਾਲੀ ਪਾ ਲਈਏ, ਟਰੋਲੀ ਕਹਿਣ ਲੱਗੇ ਸੀ ਮੈਂ, ਟਰਾਲੀ ਪਾ ਲੈਣਾ। ਇੱਕ ਵਾਰੀ ਟਰਾਲੀ ਪਾ ਕੇ ਨਾ ਇੱਕ ਲੱਤ ਨਾਲ ਦੀ ਨਾਲ ਰੇਸ ਦੇ ਕੇ ਫੁੱਲ ਰੇਸ ਦੇ ਕੇ ਚੜ੍ਹਾ ਦੂੰਗਾ ਮੈਂ ਖੜਾਉਂਦਾ ਨਹੀਂ, ਇੱਕ ਵਾਰੀ ਵੀ ਬਸ ਫੁੱਲ ਰੇਸ ਦਿਉਂ ਅਤੇ ਨਾਲ ਦੀ ਨਾਲ ਚੜ੍ਹ ਦੂੰ। ਟਰਾਲੀ ਪਈ ਅਤੇ ਪਾਉਣ ਸਾਰ ਟਰਾਲੀ ਆਪਣੇ ਰੇਤੀ ਰੇਸ ਫੁੱਲ ਮੁੰਡਿਓ, ਅਤੇ 11, 12, 13, 14, 15 ਦੀ ਸਪੀਡ 'ਤੇ ਵੱਗ ਗਿਆ, ਚੜ੍ਹ ਗਿਆ ਬਾਈ। ਲੈ ਇਹ ਨਹੀਂ ਦੱਬਦਾ ਹੈਗਾ ਬਾਈ, ਗਿਆ ਗਿਆ ਜਾਊਗਾ ਜਾਊਗਾ ਦੇਖੋ, ਐਂ ਹੌਲੀ ਹੌਲੀ ਕਰਕੇ ਵੀ ਵੱਗ ਜਾਈ ਤਾਂ ਹੀ ਵਧੀਆ। ਗਿਆ ਗਿਆ ਬਸ, ਗਿਆ ਗਿਆ ਮੁੰਡੇ, ਗਿਆ ਗਿਆ ਬਸ, ਥੋੜ੍ਹੀ ਜਿਹੀ ਕੱਚ ਹੋਰ ਹੈ ਮਤਲਬ, 4-5 ਫੁੱਟ ਦੀ ਕੱਚ ਹੋਰ ਹੈ ਬਾਈ। ਕੈਸੀ ਲੱਗੀ ਆ ਗਏ ਸਵਾਦ ਬਾਈ ਮੇਰੀ? ਆਹ ਦੇਖ ਲਓ ਬਾਰਡਰ, ਮੈਂ ਤੁਹਾਨੂੰ ਹੁਣ ਵੀ ਕਿਵੇਂ ਦਿਖਾਵਾਂ, ਕੀਬੋਰਡ ਦਾ ਬਾਰਡਰ ਦੱਬਿਆ ਹੋਇਆ ਆਪਾਂ ਨੇ, ਪਰ ਹੁਣ ਛੱਡੂ ਮੈਂ ਆਹ ਛੱਡਿਆ ਹੁਣ। ਲੈ ਪਰ ਦੁਬਾਰੇ ਫਿਰ ਦੱਬ ਲਿਆ, ਮੈਂ ਕਹਿੰਦਾ ਹੁਣ ਹਜੇ ਵੀ ਕੰਮ ਮਾੜਾ ਮੋਟਾ ਖਿੱਚ ਸਕਦਾ ਯਾਰ, ਯਾਰ 1 ਨੰਬਰ ਹੋਇਆ ਆਪਣਾ, ਮੈਨੂੰ ਲੱਗਦਾ ਉਹੀ ਕਢਵਾ ਦੂਗਾ। ਚੱਲ ਭਰਾਵਾ ਤੁਰਪਾ, ਮਾੜਾ ਮੋਟਾ ਖੜਾ ਖੜਾ ਹੋ ਗਈ, ਤੁਰ ਲੈ ਕੁਛ ਤਾਂ ਕਰ ਲੈ ਯਾਰ। ਇਹ ਚੜ੍ਹਾਈ ਬਾਹਲੀ ਤਕੜੀ ਹੈ ਬਾਈ, ਇਹਦੇ ਉਹੀ ਟਰੈਕਟਰ ਚੜ੍ਹ ਸਕਦਾ ਜਿਹਦੀ ਰੇਸ ਫੁੱਲ ਹੈ, ਜਿਵੇਂ ਆਪਣੇ 855 ਦੀ ਸੀ। ਅਤੇ ਲੋ ਵੀ ਮੁੰਡੇ ਆਪਣਾ ਜਿਹੜਾ ਟੋਚਨ ਕਿੰਗ ਹੈ, ਇੱਥੇ ਆ ਕੇ ਇਹ ਵੀ ਹਾਰ ਗਿਆ, ਅਤੇ ਪਹਿਲਾਂ ਵੀ ਯਾਰ ਇੱਕ ਵੀਡੀਓ ਦੇ ਵਿੱਚ ਇਹ ਹਾਰ ਗਿਆ ਸੀ, ਵੀਡੀਓ 'ਚ ਨਹੀਂ ਹਾਰਿਆ ਸੀ, ਲਾਈਵ 'ਚ ਹਾਰਿਆ ਸੀਗਾ।
ਉਦੋਂ ਆਪਾਂ ਸਟੋਨ ਦੀ ਭਰੀ ਹੋਈ ਟਰਾਲੀ ਚੜ੍ਹ ਰਹੇ ਸੀ ਇੱਥੇ, ਅਤੇ ਅੱਜ ਆਪਾਂ ਉਹ ਮੱਡ ਦੀ ਭਰੀ ਹੋਈ ਚੜ੍ਹ ਰਹੇ ਹਾਂ। ਅਤੇ ਫਰਕ ਤਾਂ ਮੇਰੇ ਹਿਸਾਬ ਨਾਲ ਹੈਗਾ ਕਿ ਮੱਡ ਭਾਰੀ ਹੈ ਪਰ ਸਟੋਨ ਵੀ ਉਨੀ ਭਾਰੀ ਹੁੰਦੇ ਨੇ ਯਾਰ। ਕੁੱਲ ਮਿਲਾ ਕੇ ਹਾਰ ਹੀ ਗਿਆ ਯਾਰ ਆਪਣਾ ਨਜ਼ਰ ਗੰਗਾ। ਚੱਲ ਕੋਈ ਗੱਲ ਨਹੀਂ, ਇਹਨੂੰ ਆਪਾਂ ਕੱਢ ਦਿੰਦੇ ਹਾਂ। ਅਤੇ ਹੁਣ ਮੈਂ ਤੇਰੋ ਬਾਰੀ ਹੈ, ਕਿਹਦੀ ਬਾਰੀ ਹੈ? ਆਪਣੇ ਬਾਹਰਲੇ ਟਰੈਕਟਰ ਯਾਨੀ ਕਿ ਫੋਰਨ ਵਾਲੇ ਟਰੈਕਟਰ ਦੀ ਅਤੇ ਵੱਡੇ ਦੀ ਪੂਰੀ ਦੀ। ਐਂ ਮੰਨ ਲਓ ਵੀ ਸੈਕਿੰਡ ਲਾਸਟ ਦੇ, ਵੀ ਸੈਕਿੰਡ ਲਾਸਟ ਦੇ ਤਾਕਤਵਰ ਆ ਗਿਆ ਇਹ ਬਾਈ। ਇਦੂ ਤਾਂ ਹਾਂ ਕੋਈ ਟਰੈਕਟਰ ਨਹੀਂ ਹੁੰਦਾ ਹੈਗਾ, ਲਓ ਵੀ 4x4 ਹੈ ਛੋਟਾ। ਇਹਦੇ ਵੀ ਮੈਨੂੰ ਇਹਦੇ ਮੈਨੂੰ ਲੱਗਦਾ ਵੀ ਚਾੜ੍ਹ ਸਕਦਾ ਕਿਉਂਕਿ ਇਹਦੀ ਸਪੀਡ ਆ ਦੇਖੋ। ਪਿਕਅਪ ਇਹਦੀ ਹੈਗੀ 21-22-23 ਤੱਕ ਪਿਕਅਪ ਇਹਦੀ ਆਰਾਮ ਨਾਲ ਵੱਗ ਜਾਂਦੀ। ਤਾਂ ਆਪਾਂ ਇੱਕ ਲੱਖ ਰੇਸ ਕਰਦੇ ਨਾ ਨਾਲ ਦੀ ਨਾਲ 23 'ਤੇ ਚੜ੍ਹ ਜਾਂਦਾ। ਅਤੇ ਬਾਕੀ ਇੰਟੀਰੀਅਰ ਦਿਖਾਵਾਂ ਮੈਂ, ਇੰਟੀਰੀਅਰ ਦੇਖਿਓ ਮੁੰਡਾ, ਦੇਖੋ ਸਾਹਮਣੇ ਗੇਅਰ ਗੂਰ ਨਕਸ਼ਾ ਮੈਪ ਮੁੰਬਈ ਝੰਡਾ ਦੇਖੋ ਕਨੇਡਾ ਦਾ ਸਾਹਮਣੇ। ਉਹ ਟਰਾਲੀ 'ਤੇ ਲੱਗਿਆ ਹੋਇਆ ਪਰ ਕਿਤੇ ਐਂ ਸੋਚ ਲਓ ਵੀ ਇਹਦੇ ਲੱਗਿਆ ਹੋਇਆ ਟਰੈਕਟਰ 'ਤੇ, ਮੈਨੂੰ ਪਹਿਲਾਂ ਟਰੈਕਟਰ 'ਤੇ ਲੱਗਿਆ। ਚਲੋ ਜੀ ਆਪਾਂ ਪਾ ਲਈਏ ਟਰਾਲੀ ਆਪਣੀ। ਟਰਾਲੀ ਕਿਉਂ ਨਹੀਂ ਪੈ ਰਹੀ ਬਾਈ, ਇੱਕ ਮਿੰਟ ਹਟ ਜਾਓ, ਆਪਾਂ ਨੂੰ ਮੋੜ ਕੇ ਲਿਆਉਣਾ ਪਊ ਟਰੈਕਟਰ ਮਾੜਾ ਜਿਹਾ, ਕਿਉਂਕਿ ਟਰਾਲੀ ਵੀ ਆਪਣੀ ਥੋੜ੍ਹੀ ਯਾਰ ਗਲਤ ਜਿਹਾ ਕੰਮ ਕਰ ਜਾਂਦੀ ਕਿਤੇ ਕਿਤੇ। ਲਓ ਵੀ ਟਰਾਲੀ ਮੁੰਡੇ ਆਪਣੇ ਪਾ ਲਈ, ਅਤੇ ਇਹਨੂੰ ਕਰ ਦਿੰਦਾ ਗਾਹਾਂ, ਪੈ ਜਾ, ਪਈ ਨਹੀਂ ਸੀ। ਅੱਛਾ ਯਾਰ ਕੀ ਚੱਕਰ, ਮਿੰਟ ਹੋਈ ਜਾਂਦਾ। ਲਓ ਜੀ ਟਰਾਲੀ ਪਾ ਲਈ ਦੁਬਾਰੇ, ਫਿਰ ਆਪਾਂ ਪਹਿਲਾਂ ਪਈ ਨਹੀਂ ਸੀ, ਥੋੜ੍ਹੀ ਘਾਟ ਰਹੀ ਥੋੜ੍ਹੀ, ਇਹ ਬੈਕ ਕਰਕੇ ਇੱਥੇ ਟਰਾਲੀ ਪਊ ਮੁੰਡੇ ਸਹੀ। ਚਲੋ ਜੀ ਟਰਾਲੀ ਪੈ ਗਈ, ਅਤੇ ਆਪਣਾ ਹੁਣ ਮੁਕਾਬਲੇ ਦੇ ਵਿੱਚ ਆਪਣਾ ਕੀ ਸਿਸਟਮ ਚੱਲ ਰਿਹਾ ਹੈਗਾ? ਇੱਕ ਆਪਣਾ ਪਹਿਲਾਂ ਜੌਨੀਅਰ ਹਾਰ ਗਿਆ ਸੀ, ਇੱਧਰੋਂ ਵੀ ਇੱਕ ਹਾਰ ਗਿਆ ਸੀ, ਉਦੋਂ ਬਾਅਦ 'ਚ ਆਪਣਾ ਜਿੱਤ ਗਿਆ ਸੀ 855, ਇੱਕ ਨੰਬਰ ਹੋ ਗਿਆ ਸੀ ਆਪਣਾ। ਅਤੇ ਇੱਧਰ ਚਿੱਟਾ ਜਿਹਾ ਹਾਰ ਗਿਆ ਸੀ, ਇੱਕ ਨੰਬਰ ਹੋ ਗਿਆ ਸੀਗਾ। ਅਤੇ ਫਿਰ ਆਪਣਾ ਨਿਸ਼ੂ ਦੇਸ਼ਵਾਲਾ ਟੋਜਿੰਗ ਹਾਰ ਗਿਆ ਸੀਗਾ, ਅਤੇ ਆਪਣਾ ਇੱਕ ਨੰਬਰ ਸੀ। ਅਤੇ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਦਾ ਇੱਕ ਨੰਬਰ ਹੁੰਦਾ ਕਿ ਨਾ, ਜੇ ਆਹ ਜਿੱਤ ਗਿਆ ਤਾਂ ਇਹਨਾਂ ਦਾ ਇੱਕ ਨੰਬਰ ਹੋ ਜੂਗਾ, ਜੇ ਇਹ ਨਾ ਜਿੱਤਿਆ ਫਿਰ ਬਾਈ ਫੋਰਨ ਵਾਲਿਆਂ ਦੇ ਨੰਬਰ ਜਮ੍ਹਾਂ 0 ਰਹਿਣਗੇ। ਅਤੇ ਦੇਖਦੇ ਹਾਂ ਬਾਈ 0 'ਤੇ ਫਿਰਾਉਂਦੇ ਨੇ ਏਰੀਆ ਵਾਲੇ ਕਿ ਨਾ। ਬਾਕੀ ਆਪਣੇ ਲਈ ਹਜੇ ਇੱਕ ਝੋਟਾ ਪਿਆ ਹੈਗਾ ਨਿਊਜ਼ੀਲੈਂਡ ਆਪਣਾ, ਬਾਈ ਇਹ ਲੈ ਜੂ ਆਰਾਮ ਨਾਲ, ਕਿਉਂਕਿ ਇਹਦੀ ਸਪੀਡ ਵਧੀ ਹੈਗੀ, ਬਾਕੀ ਜ਼ੋਰ ਜ਼ੂਰੇ ਦੇ ਵਿੱਚ ਹੈਗਾ ਗਾ, ਮੇਰੇ ਹਿਸਾਬ ਨਾਲ ਲੈ ਜੂਗਾ। ਬਾਕੀ ਚੜ੍ਹੀ ਜਾਂਦਾ ਇੱਕ ਵਾਰੀ ਇੱਥੇ ਤੱਕ ਨਰਜਮਾ ਆਰਾਮ ਨਾਲ ਆਇਆ ਗਾ, ਅਤੇ ਉਰੇ ਆ ਕੇ ਥੋੜ੍ਹਾ ਜਿਹਾ ਰੋਣ ਲੱਗ ਗਿਆ ਇਹ, ਇਹਦੇ ਅੱਖਾਂ 'ਚੋਂ ਹੰਝੂ ਡਿੱਗਦੇ ਹੋਏ ਮੈਨੂੰ ਦਿਖ ਰਹੇ ਨੇ, ਪਰ ਰੋਂਦਾ ਰੋਂਦਾ ਮੁੰਡੇ ਉਹ ਖਿੱਚ ਕੇ ਲੈ ਗਿਆ। ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਿਲੀ ਚੜ੍ਹਾਈ ਜਿਹੜੀ ਇਹਨੇ ਪਾਰ ਕਰਤੀ ਹੈ, ਅਤੇ ਮੇਰੇ ਹਿਸਾਬ ਨਾਲ ਆਪਾਂ ਇਹਨੂੰ ਅੱਧਾ ਨੰਬਰ ਦੇ ਦਈਏ ਹੁਣ। ਜੇਦੂਗਾ ਇਹ ਨਾ ਵੀ ਚੜ੍ਹਿਆ ਨਾ ਤਾਂ ਆਪਾਂ ਇਹਨੂੰ ਹੁਣ ਅੱਧਾ ਨੰਬਰ ਦੇ ਦੇਣਾ, ਕਿਉਂਕਿ ਇੱਥੇ ਤੱਕ ਵੀ ਬਈ ਕੋਈ ਉਹ ਟਰੈਕਟਰ ਚੜ੍ਹ ਸਕਦਾ। ਚਲੋ ਵੀ ਮੁੰਡੇ ਆਹ ਵੀ ਚੜ੍ਹ ਗਿਆ, ਲੈ ਦੇਖੋ ਸਾਹਮਣੇ। ਮੇਰੇ ਹਿਸਾਬ ਨਾਲ ਇਹ ਫੋਰਨ ਵਾਲਿਆਂ ਦੇ ਖਾਤੇ 'ਚ ਇੱਕ ਨੰਬਰ ਅੱਜ ਪਾ ਕੇ ਹਟੂਗਾ ਮੁੰਡੇ। ਬਾਕੀ ਜ਼ੋਰ ਫੁੱਲ ਮਾਰ ਰਿਹਾ ਟਰੈਕਟਰ, ਪਤਾ ਕੀ ਚੱਕਰ ਹੈ ਨਾ, 4x4 ਦਾ ਚੱਕਰ ਹੁੰਦਾ ਇਹ, ਹੌਲੀ ਹੌਲੀ ਸਪੀਡ 'ਤੇ ਇਹ ਚੱਲੀ ਜਾਂਦੇ ਹੁੰਦੇ ਨੇ। ਅਤੇ ਆਪਣੇ ਇੰਡੀਆ ਵਾਲੇ ਜਿਹੜੇ ਮੰਨ ਕੇ ਲਓ 2x2 ਹੁੰਦੇ ਨੇ, ਜਾਂ ਫਿਰ ਇੰਡੀਆ ਵਾਲੇ ਛੱਡੋ, ਇੰਡੀਆ ਦੇ ਫੋਰਨ ਵਾਲੇ ਵੀ 2x2 ਹੁੰਦੇ ਨੇ, ਉਹਨਾਂ ਦੀ ਰੇਸ ਜੇ ਵਧੀਆ ਹੋਵੇ ਉਹ ਇੱਕ ਵਾਰ 'ਚ ਚੜ੍ਹ ਦਿੰਦੇ ਨੇ 2 ਸਕਿੰਟਾਂ 'ਚ ਹੀ, ਪਰ ਇਹ ਹੌਲੀ ਹੌਲੀ ਜਾਊਗਾ, ਪਰ ਇਹ ਚੜ੍ਹ ਜੂ ਮੇਰੇ ਹਿਸਾਬ ਨਾਲ ਇੰਨੀ ਕੁ ਸਪੀਡ 'ਤੇ, 8 ਦੀ ਸਪੀਡ 'ਤੇ ਜਾਈ ਜਾਂਦਾ। ਬਾਕੀ ਬਾਈ ਦਮ ਛੱਡਣ ਲੱਗ ਗਿਆ ਉਰੇ ਯਾਰ, ਦਮ ਤੋੜਨ ਲੱਗ ਗਿਆ, ਇੱਕ ਸਾਹ 'ਚ ਆ ਗਿਆ ਸੀ ਉੱਥੋਂ ਲੈ ਕੇ ਉਰੇ ਤੱਕ, ਪਰ ਉਰੇ ਆ ਕੇ ਥੋੜ੍ਹਾ ਜਿਹਾ ਨਾ ਕੰਮ ਗਲਤ ਹੋਈ ਜਾਂਦਾ ਦੀ ਨਾ ਮੈਨੂੰ, ਕਿ ਚੜ੍ਹ ਜੂਗਾ, ਚੜ੍ਹ ਜੂ ਨਾ। ਰੇਸ ਆਪਣੇ ਬਾਈ ਜਮੀਨ ਛੱਡਿਓ ਹੁੰਦੀ, ਜਦੋਂ ਦੀ ਰੇਸ ਦੱਬੀ ਹੋਈ ਨਾ, ਰੇਸ ਦੱਬੀ ਹੋਈ ਆ, ਚੱਲੀ ਹੋ ਜਾਂਦਾ ਬਸ। ਚੱਲ ਵੀ ਚੱਲ ਕੇ ਨਾ, ਦੱਬਦੇ ਨਹੀਂ ਹੁੰਦੇ, ਗੇਅਰ ਬਦਲਾਵਾਂ, ਗੇਅਰ ਮਾੜਾ ਜਿਹਾ ਬਦਲਾਇਆ ਮੈਂ, ਦੇਖਾਂ ਹੁਣ ਝੱਟ ਬਣਦੀ ਕਿ ਨਾ ਕੁਛ। ਪਰ ਗੇਅਰ ਕਿਹੜਾ 'ਚ ਪੈਂਦੇ ਨੇ ਬਾਈ, ਤਾਂ DNR ਪਤਾ ਨਹੀਂ ਕਿਹੜੇ ਹਿਸਾਬ ਨਾਲ ਗੇਅਰ ਪੈਂਦੇ ਨੇ, ਆਟੋਮੈਟਿਕ ਨੇ, ਆਪਾਂ ਤਾਂ ਪੰਗਾ ਲੈਂਦੇ ਨਹੀਂ ਗੇ, ਉਹ ਰੇਸ ਦੀ ਸਾਡੇ ਕਈ ਵਾਰ ਗੇਅਰ ਬਦਲ ਲਾ ਦਿੰਦਾ। ਖੜ ਗਿਆ ਨਾ ਇੱਥੇ, ਬੈਕ ਰੁੜਦਾ ਬਾਈ, ਲੈ ਮਾੜਾ ਜਿਹਾ ਖੜ੍ਹਾ ਕਰਕੇ ਚੱਕ ਦੇ ਕੰਮ ਨੂੰ, ਪਰ ਖੜ੍ਹਾ ਕਰਾਂਗੇ ਤਾਂ ਫਿਰ ਇਹਦਾ ਜ਼ੋਰ ਘੱਟ ਲੱਗੂ, ਵੀ 4x4 ਰਹਿਣਾ ਇਹ, ਮੂਰਲੇ ਟਾਇਰ ਵੀ ਜ਼ੋਰ ਲਾ ਦਿੰਦੇ ਇਹਦੇ। ਅਤੇ ਬਾਈ ਜਿੱਥੇ ਤੱਕ ਇਹ ਹੁਣ ਆ ਗਿਆ, ਮੈਨੂੰ ਐਂ ਲੱਗਦਾ ਹੈਗਾ ਵੀ ਇੱਕ ਨੰਬਰ ਦਾ ਇਹਦਾ ਹੋ ਹੀ ਗਿਆ ਲਗਭਗ, ਅਤੇ ਇਹਨਾਂ ਦਾ ਇੱਕ ਨੰਬਰ ਹੋਰ ਹੋ ਜੂਗਾ, ਜਿਹੜਾ ਖੜ੍ਹਾ ਨਾ ਉਹ 8 ਟਾਇਰਾਂ ਵਾਲਾ ਟਰੈਕਟਰ ਉਹ ਕਰਾਊ ਬਾਈ, ਉਹਦਾ ਆਰਾਮ ਨਾਲ ਲੱਗੂਗਾ, ਝੋਟਾ ਬਾਈ ਉਹਦੇ ਪਿੱਛੇ 'ਚ 2 ਟਰਾਲੀਆਂ ਪਾ ਲਈ ਆਪਾਂ। ਪਰ ਉੱਧਰੋਂ ਆਪਣਾ ਨਿਊਜ਼ੀਲੈਂਡ ਵੀ ਖੜ੍ਹਾ, ਦਾਉ ਵੀ ਨਹੀਂ ਹੈਗਾ, ਮੁਕਾਬਲਾ ਪੂਰਾ ਚੋਟੀ ਦਾ ਹੋਇਆ ਪਿਆ ਬਈ ਅੱਜ ਯਾਰ। ਅਤੇ ਜੇ ਤੁਹਾਨੂੰ ਵੀਡੀਓ ਹੁਣ ਤੱਕ ਮੁੰਡੇ ਵਧੀਆ ਲੱਗ ਰਹੀ, ਇੱਕ ਵਾਰੀ ਲਾਈਕ ਕਰ ਦਿਓ,
ਅਤੇ ਮੁੰਡੇ ਆਪ ਹੀ ਆਪਣਾ ਟਰੈਕਟਰ ਲਗਭਗ ਜਿੱਤ ਗਿਆ। ਆਇਆ ਝੋਟਿਆ ਕਰਾਂ ਬਾਈ, ਆਹ ਦੇਖੋ ਯਾਰ ਮੂਹਰੇ ਖਾਲਸੇ ਦਾ ਝੰਡਾ ਲੱਗਿਆ ਹੋਇਆ, ਹਰਾਈਨਾ ਭਰਾ ਬਣ ਕੇ ਆਪਣੇ ਦੋ ਨੰਬਰ ਹੋ ਜਾਣ ਅਤੇ ਦੋ ਹੀ ਉਹਨਾਂ ਦੇ ਹੋਣਾ, ਜੇ ਡਰਾ ਵੀ ਹੋਜੂ ਤਾਂ ਵੀ ਕੋਈ ਚੱਕਰ ਨਹੀਂ, ਕਿਉਂਕਿ ਡਾ ਬਾਈ ਤੁਸੀਂ ਆਹ ਟਰੈਕਟਰ ਦੇਖ ਰਹੇ ਹੋ ਨਾ ਸਾਹਮਣੇ, ਇਹਦਾ ਕਿਸੇ ਵੀ ਹਾਲ 'ਚ ਬਾਈ ਹਾਰਦੀ ਨਹੀਂ ਹੈਗਾ। ਇਹਦੇ ਮਗਰ 'ਚ ਦੋ ਪਾਲੋ ਟਰਾਲੀਆਂ, ਇੰਨਾ ਜ਼ੋਰ ਹੈ 'ਚ, ਬਾਕੀ ਟਾਇਰ ਦੇ 8 ਨੇ, 8 ਟਾਇਰਾਂ ਦੇ 4 ਟਾਇਰਾਂ 'ਚ ਬਹੁਤ ਫਰਕ ਹੈ, ਬਾਕੀ ਦੇਖਦੇ ਹਾਂ ਬਾਈ ਕੀ ਬਣਦਾ। ਅਤੇ ਜ਼ੋਰ ਇਹਦੇ ਵਿੱਚ ਵੀ ਫੁੱਲ ਹੈ, ਜ਼ੋਰ ਉਹ 'ਚ ਵੀ ਫੁੱਲ ਹੈ, ਜਿੱਤੂਗਾ ਤਾਂ ਹੈਗਾ ਇਹ, ਜਿੱਤ ਮੇਰੇ ਹਿਸਾਬ ਨਾਲ ਦੋ ਹੀ ਜਾਣਗੇ, ਬਾਕੀ ਆਪਾਂ ਦੇਖਦੇ ਹਾਂ ਟਾਈਮ ਦੇ ਪਤਾ ਲੱਗੂ, ਕਿਉਂਕਿ ਟਰਾਲੀ ਮੱਟ ਦੀ ਭਰੀ ਹੋਈ ਹੈ ਬਾਈ, ਕੋਈ ਪਤਾ ਨਹੀਂ ਨਿਊਜ਼ੀਲੈਂਡ ਹਾਰ ਜੇ, ਕੋਈ ਪਤਾ ਨਹੀਂ ਉਹ ਵੀ ਹਾਰ ਸਕਦਾ, ਕਿਉਂਕਿ ਉਹ ਟਾਇਰ 4 ਨੇ ਕੀ ਵੀ ਤਾਂ ਜ਼ੋਰ ਲਾਵੇ ਨਾ ਉਹ, ਬਾਕੀ ਨਿਊਜ਼ੀਲੈਂਡ ਤਾਂ ਬਾਈ ਝੋਟਾ ਬੁੱਕਦਾ ਹੀ ਤੁਰਿਆ ਜਾਂਦਾ, ਇਹ ਨਹੀਂ ਦੱਬਦਾ ਬਾਈ ਲੈ ਜਾਂਦਾ, ਕੋਈ ਲੋੜ ਹੀ ਨਹੀਂ, ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਮੈਨੂੰ ਮਾਣ ਆ ਬਈ ਜਾਈ ਭਰਾਵਾ ਚੱਲ। ਉਹ ਨਿਊਜ਼ੀਲੈਂਡ ਕਿਵੇਂ ਦੱਬ ਗਿਆ? ਆਹ ਉਈ ਹੋਇਆ ਸੀ ਤਾਂ, ਮਾੜੀ ਮੋਟੀ ਗੇਅਰ ਗੂਰ ਚੇਂਜ ਕਰਿਆ ਮੇਰਾ ਇਹਨੇ, ਦੂਜੇ ਗੇਅਰ ਤੀਜੇ ਗੇਅਰ ਦੇਖਾਂ, ਚੱਲ 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 ਗਿਆ ਗਿਆ ਬਾਈ ਗਿਆ ਗਿਆ ਗਿਆ। ਥੋੜ੍ਹਾ ਜਿਹਾ ਨਾ ਇੱਥੋਂ ਇੱਥੇ ਤੱਕ ਆ ਜਾਂਦੇ ਨੇ, ਫਿਰ ਜਦੋਂ ਰੇਸ ਥੋੜ੍ਹਾ ਫੇਰ ਜਾਂਦੇ, ਠੀਕ ਆ ਬਾਈ ਠੀਕ ਆ, ਜਾਂਦਾ ਗਿਆ ਟਰੈਕਟਰ ਆਪਣਾ, ਲਓ ਜੀ ਕਿਆ ਮਸਾਂ ਮੈਨੂੰ ਆਇਆ ਸੀ, ਮਾਣਾ ਹਾਰ ਗਿਆ ਆਪਾਂ ਇੰਡੀਅਨ ਟਰੈਕਟਰ। ਆਪਾਂ ਵੈਸੇ ਯਾਰ ਆਪਾਂ ਨੇ ਕੋਈ ਉਹ ਨਹੀਂ ਹੈਗਾ ਵੀ ਆਪਾਂ ਨੇ ਇੰਡੀਅਨ ਵਾਲੇ ਨੂੰ ਜਿਤਾਉਣਾ ਅਤੇ ਫੋਰਨ ਵਾਲੇ ਨੂੰ ਹਰਾਉਣਾ ਹੈਗਾ, ਆਪਾਂ ਇੱਕ ਵਾਰੀ ਨਾ ਜ਼ੋਰੀ ਪਰਖ ਕੇ ਦੇਖ ਰਹੇਗੇ ਵੀ ਕਿਹੜੇ ਟਰੈਕਟਰ 'ਚ ਤੜ ਹੈਗੀ ਹੈ ਕਿਹੜੇ 'ਚ ਨਹੀਂ ਹੈਗੀ। ਅਤੇ ਬਾਕੀ ਆਪਣਾ ਨਿਊਜ਼ੀਲੈਂਡ ਬਾਈ ਸਿਰਾ ਕਰਾ ਗਿਆ ਚੋਬਰਾ, ਤੁਰ ਪਹੁੰਚਣ ਵਾਲੀ ਹੈ ਲਗਭਗ। ਅਤੇ ਬਾਕੀ ਇੱਕ ਵਾਰੀ ਦੱਬ ਜੇ ਗਿਆ ਸੀ ਉਦੋਂ ਮੈਨੂੰ ਡਰ ਜਿਹਾ ਲੱਗਿਆ ਥੋੜ੍ਹਾ, ਬਾਕੀ ਗੇਅਰ ਹਜੇ ਪੰਜਵਾਂ ਪਾਇਆ ਹੀ ਨਹੀਂ ਹੈਗਾ, ਗੇਅਰ ਚੌਥੇ 'ਚ ਤੁਰਿਆ ਜਾਂਦਾ ਮੁੰਡਿਓ, ਅਤੇ ਗੇਅਰ ਘਟਾਉਣ ਲਈ ਆਪਾਂ ਤੀਜਾ ਪਾ ਕੇ ਤੁਰ ਰਹੇ ਹਾਂ, ਤਾਂ ਵੀ ਤੀਜਾ ਪਾ ਕੇ ਨਾ ਥੋੜ੍ਹੀ ਸਪੀਡ ਵਧੀਆ ਬਣ ਜਾਂਦੀ ਇਹਦੀ, ਪਰ ਘੱਟ ਗਈ ਯਾਰ। ਚਲੋ ਵੀ ਚਲੋ ਮੁੰਡਿਓ, ਆਪਣਾ ਨਿਊਜ਼ੀਲੈਂਡ ਆ ਜਿਹੜਾ ਝੋਟਾ ਚੜ੍ਹ ਹੀ ਜਾਂਦਾ, ਟਰਾਲੀ ਮੱਢ ਦੀ ਭਰੀ ਹੋਈ ਪੂਰੀ, ਐਨ ਮਨਾਲੀ ਵਾਲੇ ਮੰਦਰ 'ਤੇ ਜਾਣਾ ਆਪਾਂ ਨੇ, ਪਰ ਮੰਦਰ 'ਤੇ ਆਪਾਂ ਹਲੇ ਪਹੁੰਚਾ ਨਹੀਂ ਰਹੇ ਟਰਾਲੀ ਨੂੰ, ਕਿਉਂਕਿ ਉਹ ਬੈਗ ਲਈ ਜਾਂਦੇ ਵਾਰ ਵਾਰ, ਤਾਂ ਕਰਕੇ ਨਾ ਆਪਾਂ ਉੱਧਰ ਜਾ ਨਹੀਂ ਰਹੇ, ਜੇ ਆਪਾਂ ਮੰਦਰ ਜਾਵਾਂਗੇ ਵੀ ਬੰਦੇ ਡਿਸਟਰਬ ਹੋਣਗੇ, ਫਾਇਦਾ ਉਹਨਾਂ ਦਾ ਗੱਲਾਂ ਦਾ ਹੈ ਨਹੀਂ ਕੋਈ, ਤਾਂ ਕਰਕੇ ਮੈਂ ਬੈਗ ਲਿਆ ਨਾ ਟਰਾਲੀ। ਅਤੇ ਇੱਥੋਂ ਹੀ ਆਪਣੇ ਪਹਿਲਾਂ ਫੋਰਨ ਵਾਲਾ ਮੋੜਿਆ ਸੀ, ਇੱਥੋਂ ਹੀ ਆਪਾਂ ਇਹਨੂੰ ਮੋੜਾਂਗੇ, ਅਤੇ ਇਦੂ ਬਾਅਦ ਜਿਹੜਾ ਫੋਰਨ ਵਾਲਾ ਹੋਊਗਾ ਵੱਡਾ, ਉਹਦੇ ਨਾਲ ਆਪਾਂ ਟਰਾਲੀ ਧੁਰ ਲੈ ਚੱਲਾਂਗੇ। ਸ਼ੁਕਰ ਹੈ ਮਾਲਕ, ਸ਼ੁਕਰ ਹੈ ਆਪਣਾ ਬਾਈ ਨਿਊਜ਼ੀਲੈਂਡ ਮੇਰੇ ਵੀਰੋ, ਇਹਨੇ ਕਦੇ ਨਹੀਂ ਨਿਰਾਸ਼ ਕਰਿਆ ਮੇਰੇ ਵੀਰੋ। ਜੇ ਤੁਹਾਨੂੰ ਨਿਊਜ਼ੀਲੈਂਡ ਦਾ ਮੋੜ ਚਾਹੀਦਾ ਹੋਇਆ ਇੱਕ ਵਾਰੀ ਕਮੈਂਟ ਕਰ ਦਿਓ, ਤੁਹਾਨੂੰ ਆਪਾਂ ਮੋੜ ਦਾ ਲਿੰਕ ਪਾ ਦਾਂਗੇ, ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਵੀ ਆਪਾਂ ਕਿਵੇਂ ਮੋੜ ਪਾ ਸਕਦੇ ਹਾਂ, ਇੱਕ ਵਾਰੀ ਕਮੈਂਟ ਕਰ ਦਿਆ ਕਰੋ ਬਸ ਯਾਰ। ਚਲੋ ਜੀ ਉੱਪਰ ਆਪਾਂ ਬਹਿ ਗਏ, ਅਤੇ ਬੈਠਣ ਸਾਰ ਮੁੰਡੇ ਟਰਾਲੀ ਆਪਾਂ ਮੋੜਦੇ ਹਾਂ, ਆਪਾਂ ਟਰੈਕਟਰ ਆਪਾਂ ਮੋੜਦੇ ਹਾਂ, ਅਤੇ ਟਰਾਲੀ ਪਾਉਣੇ ਪਹਿਲਾਂ ਬਾਈ, ਟਾਇਰ ਦੇਖੋ ਯਾਰ ਕਿੱਡੇ ਚੌੜੇ ਨੇ, ਇੰਨੇ ਟਾਇਰਾਂ ਤੋਂ ਕਰਾਉਣਾ ਕੀ ਹੈ ਬਾਈ, ਮੈਨੂੰ ਐਂ ਨਹੀਂ ਹਿਸਾਬ ਆਉਂਦਾ। ਟਰਾਲੀ ਪਾਲੀ ਬਸ, ਟਰਾਲੀ ਟਰੂਲੀ ਨੂੰ ਗੋਲਦੇ ਨਹੀਂ, ਇਹ ਤਾਂ ਬਾਈ ਲੈ ਜੂ ਆਰਾਮ ਨਾਲ, ਲੈ ਵੀ ਰੇਸ ਆਪਣੇ ਮੁੰਡੇ ਫੁੱਲ ਦੇਤੀ, ਗੇਅਰ ਮੈਨੂੰ ਪਤਾ ਨਹੀਂ ਕਿਹੜਾ ਪਿਆ ਹੋਇਆ ਇਹਦੇ ਵਿੱਚ, ਅਤੇ ਜਾਊ ਇਹ ਮੇਰੇ ਹਿਸਾਬ ਨਾਲ ਹੌਲੀ ਹੌਲੀ ਹੋ, ਕਿਉਂਕਿ ਇਹ ਵੱਡਾ ਟਰੈਕਟਰ ਨਾਲ ਤਾਂ ਕਰਕੇ ਹੌਲੀ ਹੌਲੀ ਜਾਊਗਾ, ਜਾਈ ਜਾਂਦਾ ਵੈਸੇ ਯਾਰ ਬਾਗੀ ਵੀ ਮੇਰੇ ਹਿਸਾਬ ਨਾਲ, ਕਿਉਂਕਿ ਵੱਡਾ ਟਰੈਕਟਰ ਜਾਈ ਜਾਊਗਾ, ਆਰਾਮ ਨਾਲ ਜਾਊਗਾ ਇਹ, ਜਾਈ ਜਾਂਦਾ ਹਾਲ ਤੱਕ ਤਾਂ। ਪਰ ਜਿਹੜੇ ਬੰਦੇ ਦੇਖ ਰਹੇ ਹੋਣਗੇ ਵੀਡੀਓ, ਤੁਹਾਨੂੰ ਐਂ ਲੱਗਦਾ ਹੋਊਗਾ ਵੀ ਇੱਥੇ ਜਾ ਕੇ ਹੌਲੀ ਹੋਊਗਾ ਤਾਂ ਕਰਕੇ ਹਾਰ ਜੂਗਾ, ਪਰ ਮੇਰਾ ਭਰਾ ਟਰੈਕਟਰ ਇਹ ਵੱਡਾ ਹੈਗਾ, ਟਾਇਰ ਵੱਧ ਨੇ, ਤਾਂ ਕਰਕੇ ਜ਼ੋਰ ਹੌਲੀ ਹੌਲੀ ਲੱਗ ਰਿਹਾ ਹੈਗਾ। ਜਿਹੜੇ ਆਪਣਾ ਨਿਊਜ਼ੀਲੈਂਡ ਹੋ ਰਹੀ ਹੋਈ ਸੀਗੇ ਜਾਂ 855 ਸੀਗਾ, ਉਹਦੀ ਸਪੀਡ ਬਾਹਲੀ ਜ਼ਿਆਦਾ ਸੀ, ਤਾਂ ਕਰਕੇ ਤੁਹਾਨੂੰ ਲੱਗਿਆ ਹੋਊਗਾ ਵੀ ਇਹ ਹਾਰ ਜੂ, ਪਰ ਇਹ ਨਹੀਂ ਹਾਰਦਾ ਬਾਈ, ਜੇ ਟਰਾਲੀਆਂ ਦੋ ਪਾ ਲਓ ਇਹਦੇ ਮਗਰ, ਜ਼ੋਰ ਅੰਨਾ ਇਹ 'ਚ ਜਮ੍ਹਾਂ ਆਰਾਮ ਨਾਲ ਜਾਊਗਾ, ਇਹ ਜਾਂਦਾ ਦੇਖੋ ਥੋੜ੍ਹੀ ਜਿਹੀ ਸਪੀਡ ਘੱਟ ਹੈ ਇਹਦੀ, ਸਲੋ ਮੋਸ਼ਨ 'ਚ ਜਾਂਦਾ ਮੇਰੇ ਹਿਸਾਬ ਨਾਲ, ਪਰ ਜਾਈ ਜਾਂਦਾ, ਪਰ ਪਤਾ ਵੀ ਕੋਈ ਨਹੀਂ ਹੈਗਾ ਕਿਉਂਕਿ ਕੀ ਪਤਾ ਹੁੰਦਾ ਟਰੈਕਟਰਾਂ ਦੇ ਵਿੱਚ ਕਿਹੜੇ ਹਿਸਾਬ ਦੀ ਮੋਡੀਫਿਕੇਸ਼ਨ ਹੋਈ ਹੋਈ ਆ ਵੀ ਆਪਾਂ ਇਹਨੂੰ ਤਾਂ ਜਾ ਸਕੀਏ ਕਿ ਕੀ ਕਰ ਸਕੀਏ, ਕੋਈ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਪਰ ਜਾਈ ਜਾਂਦਾ ਫਿਲਹਾਲ ਦੀ ਘੜੀ। ਬਾਕੀ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਬਾਈ, ਜਮ੍ਹਾਂ ਟੋਪ ਲੈਵਲ ਦੀ ਚੀਜ਼ ਆ, ਜਮ੍ਹਾਂ ਐਨ ਆ ਦੇਖੋ, ਥੱਲੇ ਆ ਦੇਖੋ ਬਟਨ ਬੋਰਡ ਜਿਹੇ ਕਿੰਨੇ ਘੈਂਟ ਨੇ, ਬਾਕੀ ਆ ਦੇਖੋ ਐਮਰਜੈਂਸੀ ਰੱਖਿਆ, ਬਾਕੀ ਉਹ ਸਾਹਮਣੇ ਦੇਖੋ ਮੁੰਡੇ ਮੰਦਰ ਆਪਣਾ, ਆਪਣੇ ਉੱਥੇ ਜਾਣਾ, ਅਤੇ ਬਾਈ ਜਾਈ ਜਾਂਦਾ ਹਾਲ ਤੱਕ ਤਾਂ। ਅਤੇ ਥੋੜ੍ਹਾ ਜਿਹਾ ਜ਼ਿਆਦਾ ਸਲੋ ਹੋ ਗਿਆ ਯਾਰ, 6 ਦੀ ਸਪੀਡ ਸੀ, 6 ਦੀ 5 ਦੀ ਰਹਿ ਗਈ,
5 ਦੀ ਸਪੀਡ ਆ ਮੁੰਡੇ, 4-3 ਦੀ ਹੋ ਗਈ ਮੇਰੇ ਹਿਸਾਬ ਨਾਲ, ਫਿਰ ਦੱਬ ਜੂਗਾ ਇਹ। ਆਹ ਦੇਖੋ ਉਰੇ ਦੱਬ ਗਿਆ ਬਾਈ, ਇਹ ਦਬਨ 'ਚ ਲੱਗ ਗਿਆ ਮੇਰਾ ਭਰਾ, ਖੜ੍ਹਾ ਵੀ ਹੋ ਗਿਆ ਬਾਈ। ਤਾਂ ਆਪਣਾ ਬਾਈ ਇਹ ਟਰੈਕਟਰ ਕਿਵੇਂ ਖੜ੍ਹਾ ਹੋ ਸਕਦਾ ਯਾਰ, ਪਹਿਲੀ ਵਾਰੀ ਦੇਖਿਆ ਮੁੰਡੇ ਖੜ੍ਹਾ ਹੁੰਦਾ ਆ। ਬਹਿ ਗਿਆ ਬਾਈ ਓਏ, ਸੌਣ ਲੱਗੇ। ਪਹਿਲੀ ਵਾਰ ਦੇਖਿਆ ਮੈਂ ਖੜ੍ਹਾ ਹੁੰਦਾ ਹੋਇਆ, ਕਿਉਂਕਿ ਬਾਈ ਚੜ੍ਹਾਈ ਉਹ ਬਾਹਲੀ ਵੱਡੀ ਆ। ਦੇਖੋ ਚੜ੍ਹਾਈ ਉਹ ਕਿੱਡੀ ਵੱਡੀ ਆ ਇਹ, ਆਹ ਵੀ ਮੇਨ ਜਿਹੜਾ ਜੈਕ ਆਪਾਂ ਐਵੇਂ ਕਹਿ ਦਿੰਦੇ ਨਾ, ਇਹ ਚੜ੍ਹਾਈ ਕਰਕੇ ਤਾਂ ਕਰਕੇ ਖੜ੍ਹਾ ਹੁੰਦਾ ਇਹ। ਚੱਲ 7 ਦੀ ਸਪੀਡ ਫੜ ਲਈ, ਹੁਣ ਤਾਂ ਹੁਣ ਨਹੀਂ ਦੱਬਦਾ ਬਾਈ, ਹੁਣ ਤਾਂ ਗਿਆ। ਅਤੇ ਮੁੰਡੇ ਇੱਕ ਵਾਰੀ ਆਪਣੀ ਜਿਹੜੀ ਵੀਡੀਓ ਇਹਨੂੰ ਲਾਈਕ ਕਰ ਦਿਓ, ਅਤੇ ਪਿੱਛੇ ਤੁਸੀਂ ਮਨਾਲੀ ਜਿਹੜਾ ਨਾ ਮੌਸਮ ਹੈ ਨਾ, ਉਹਨੂੰ ਇੰਜੋਏ ਕਰ ਸਕਦੇ ਹੋ। ਅਤੇ ਬਾਕੀ ਸਿਨਮੈਟਿਕ ਵਿਊ ਦਿਖਾਉਣਾ ਦਿੰਦਾ, ਦੇਖੋ ਸਿਨਮੈਟਿਕ ਤਾਂ ਹੈ ਨਹੀਂ ਗਿਆ ਵੈਸੇ, ਘੈਂਟ ਆ। ਅਤੇ ਹੁਣ ਤੈਨੂੰ ਸਾਰਾ ਮਨਾਲੀ ਦਿਖਾਵਾਂ, ਇੱਕ ਵਾਰੀ ਐਂਗਲ ਵਾਈਡ ਕਰਕੇ ਮੈਂ ਸਾਰਾ ਮਨਾਲੀ ਨਹੀਂ ਦੇਖਣਾ, ਐਡਾ ਇੰਨਾ ਕੁ ਦਿਖੂਗਾ। ਆਹ ਦੇਖੋ ਮੁੰਡਿਓ ਆਪਣਾ ਟਰੈਕਟਰ ਇੱਕ ਵਾਰੀ ਤੋਰ ਤਾ ਲਈਏ ਇਹਨੂੰ। ਚੱਲ ਬਾਈ ਖੜ੍ਹਾ ਕਿਉਂ ਨਹੀਂ ਹੁੰਦਾ, ਖੜ੍ਹਾ ਨਾ ਹੋ ਭਰਾਵਾ। ਜੇ ਖੜ੍ਹਾ ਹੋਊਗਾ, ਜੇ ਇਹ ਹਾਰ ਗਿਆ ਨਾ, ਫਿਰ ਫੋਰਨ ਵਾਲੇ ਸਾਰੇ ਹਾਰਨਗੇ। ਜੇ ਇਹ ਜਿੱਤ ਗਿਆ ਤਾਂ ਮੈਚ ਹੋ ਜੂਗਾ ਡਰਾ। ਅਤੇ ਲਓ ਵੀ ਟਰੈਕਟਰ ਆਪਣਾ ਲਗਭਗ ਪਹੁੰਚ ਚੁੱਕਿਆ, ਅਤੇ ਇੱਥੇ ਆ ਕੇ ਆਪਣੇ ਮੁਕਾਬਲੇ ਦਾ ਕੰਪਲੀਟ ਉਹ ਕਰਨਾ ਹੁੰਦਾ, ਵੀ ਮੰਨ ਲਓ ਵੀ ਟਰੈਕਟਰ ਇੱਥੇ ਤੱਕ ਆ ਗਿਆ ਤਾਂ ਉਹ ਜਿੱਤੀ ਗਿਆ ਲਗਭਗ। ਲਓ ਵੀ ਮੁੰਡੇ ਆਪਣਾ ਫੋਰਨ ਵਾਲਾ ਟਰੈਕਟਰ ਕਿਹੜਾ ਸੀ ਇਹ, ਨਾਮ ਕੀ ਇਹਦਾ ਯਾਰ, ਕਲਾਸ 920 ਪਤਾ ਨਹੀਂ ਕੀ ਨਾਮ ਇਹਦਾ। ਇੱਥੇ ਆ ਕੇ ਮੁੰਡੇ ਉਹ ਜਿੱਤ ਚੁੱਕਿਆ ਹੈਗਾ। ਅਤੇ ਹਾਂ ਵੀ ਮੁੰਡਿਓ, ਤੁਸੀਂ ਨੇ ਅੱਜ ਦੇਖਿਆ ਆਪਣਾ ਮੁਕਾਬਲਾ ਆਪਣੇ ਫੋਰਨ ਟਰੈਕਟਰ ਬਸ ਇੰਡੀਅਨ ਟਰੈਕਟਰ। ਤੁਹਾਨੂੰ ਕਿਹੜਾ ਟਰੈਕਟਰ ਵਧੀਆ ਲੱਗਿਆ, ਕਿਹੜਾ ਮਾੜਾ ਲੱਗਿਆ, ਇੱਕ ਵਾਰੀ ਕਮੈਂਟ ਕਰ ਦਿਓ। ਵੀਡੀਓ ਨੂੰ ਲਾਈਕ ਵੀ ਕਰ ਦਿਓ, ਅਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਐਵੇਂ ਦੀਆਂ ਤੁਹਾਨੂੰ ਵੀਡੀਓਜ਼ ਦੇਖਣ ਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਮਿਲਦੀਆਂ ਰਹਿਣਗੀਆਂ। ਅਤੇ ਜੇ ਯਾਰ ਆਪਣੇ ਕੋਈ ਹਿੰਦੀ ਵਾਲੇ ਨੇ ਬੰਦੇ, ਹੈ ਨਾ, ਕਹਿੰਦੇ ਨੇ ਵੀ ਹਿੰਦੀ ਬੋਲਿਆ ਕਰੋ ਭਰਾ, ਤਾਂ ਆਪਣੇ ਕੋਈ ਕਮੈਂਟ ਕਰ ਦਿਓ, ਆਪਾਂ ਸਪੈਸ਼ਲ ਹਿੰਦੀ ਦੇ ਵਿੱਚ ਇੱਕ ਅਲੱਗ ਵੀਡੀਓ ਬਣਾ ਦਿਆ ਕਰਾਂਗੇ, ਕਿਉਂਕਿ ਆਪਾਂ ਇੱਕ ਵੀਡੀਓ ਦੇ ਵਿੱਚ ਨਾ ਤਾਂ ਪ੍ਰੋਪਰ ਹਿੰਦੀ ਮਤਲਬ ਵੀ ਮਿਕਸ ਕਰ ਸਕੀਏ ਸਾਰਾ ਕੁਛ, ਤਾਂ ਕਰਕੇ ਆਪਾਂ ਅਲੱਗ ਬਣਾ ਦਿਆ ਕਰਾਂਗੇ। ਇੱਕ ਵਾਰੀ ਕਮੈਂਟ ਕਰ ਦਿਓ ਜਿਵੇਂ ਵੀ ਤੁਹਾਡੀ ਰਾਏ ਹੋਈ, ਕੁਛ ਵੀ ਹੋਇਆ, ਅਤੇ ਚੈਨਲ ਕਰ ਲਿਓ ਸਬਸਕ੍ਰਾਈਬ। ਮਿੱਤਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਬਾਏ ਬਾਏ।